ਵਾਹਿਗੁਰੂ 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 ਤਨ ਤਮ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂ ਜੀ ਦੀ ਜੁੜ ਬੈਠੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੁਖ ਪਿਆਰਿਓ ਆਪਾਂ ਜੀ ਬਹੁਤ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਦੀ ਰਹਿਨਮਾਈ ਮਿਲੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਣ ਵਿੱਚ ਆ ਕੇ ਆਪਾਂ ਆਪਣੇ ਗੁਰੂ ਸਾਹਿਬਾਨ ਜੀ ਨੂੰ ਭਗਤਾਂ ਨੂੰ ਪੁੱਛਣਾ ਹੁੰਦਾ ਹੈ ਕਿ ਜੋ ਮਾਲਕ ਨੇ 84 ਲੱਖ ਜੂਨ ਬਣਾਈ ਹੈ ਲੱਖ 84 ਜੂਨ 22 ਮਾਨਸ ਕੋ ਪ੍ਰਭ ਦੀਪ ਦੇ ਇਹਦੇ ਵਿੱਚ ਮਾਨਸ ਜਾਮੇ ਨੂੰ ਵਿੜਾਈ ਦਿੱਤੀ ਗਈ ਉਹ ਕਿਹੜੀ ਵਿੜਾਈ ਦਿੱਤੀ ਗਈ ਉਹ ਵਿੜਾਈ ਦਿੱਤੀ ਗਈ ਵੀ ਦੂਸਰੀਆਂ ਜੂਨਾਂ ਦੇ ਨਾਲੋਂ ਇੱਕ ਘਟ 84 ਲੱਖ ਜੂਨ ਨਾਲੋਂ ਮਨੁੱਖ ਜਾਮੇ ਦੇ ਵਿੱਚ ਦੂਸਰੀਆਂ ਜੂਨਾਂ ਨਾਲੋਂ ਗਿਆਨ ਅਕਲ ਕਲਾ ਸੋਜੀ ਜ਼ਿਆਦਾ ਦਿੱਤਾ ਹੈ ਇਹਦੇ ਵਿੱਚ ਮਾਲਕ ਨੂੰ ਮਿਲਣ ਦਾ ਮੌਕਾ ਦਿੱਤਾ ਹੈ ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਮੂਲ ਨੂੰ ਮਿਲਣ ਦਾ ਮੌਕਾ ਦਿੰਦਾ ਹੈ ਇਸ ਕਰਕੇ ਆਪਾਂ ਗੁਰਬਾਣੀ ਵਿੱਚ ਪੜਦੇ ਆਂ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ تیرੇ ਕਿਤੇ ਨਾ ਕਾਮ ਮਿਲ ਸਾਥ ਸੰਗਤੁ ਪੱਜ ਕੇਵਲ ਨਾ ਦੱਸ ਦਿੰਦਾ ਹੈ ਕਿ ਇਸ ਜਾਮੇ ਦੇ ਵਿੱਚ ਆ ਕੇ ਸੰਗਤ ਕਰਕੇ ਨਾਮ ਦਾ ਭੇਦ ਲਾਓ ਮਾਲਕ ਦੇ ਘਰੇ ਗੁਰੂ ਮਹਾਰਾਜ ਦੱਸਦੇ ਨੇ ਵੀ ਕੱਲਾ ਨਾਮ ਹੀ ਹੈ ਮਾਲਕ ਨੇ ਆਪਣੇ ਕੋਲੇ ਕੀ ਰੱਖਿਆ ਨਾਮ ਹੀ ਰੱਖਿਆ ਤੇ ਕੀ ਕਹਿੰਦੇ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨਾਨਕ ਕੈ ਕਰ ਕੇਵਲ ਨਾਮ ਮਾਲਕ ਦੇ ਘਰੇ ਨਾਮ ਹੈ ਅਸੀਂ ਹੁਣ ਤੱਕ ਨਾਮ ਨਹੀਂ ਸੀ ਮੰਗਦੇ ਜਦੋਂ ਮੰਗਦੇ ਸੀ ਦੁਨਿਆਵੀ ਚੀਜ਼ਾਂ ਮੰਗਦੇ ਸੀ ਦੁਨਿਆਵੀ ਪਦਾਰਥ ਮੰਗਦੇ ਸੀ ਤੇ ਇਹ ਬੋਧ ਮੰਗਦੇ ਸੀ ਜ਼ਮੀਨਾਂ ਜ਼ਾਇਦਾਤਾ ਮੰਗਦੇ ਸੀ ਲੇਕਿਨ ਕਦੀ ਨਾਮ ਨਹੀਂ ਮੰਗਿਆ ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਣ ਵਿੱਚ ਆਏ ਸਾਡਾ ਮਨ ਆਇਆ ਉਸ ਨੇ ਲਿਆ ਕੇ ਤੁਹਾਨੂੰ ਨੁਭਾਇਆ ਬੋਡੀ ਨੂੰ ਤੇ ਨਾਲ ਆਪ ਵੀ ਹਾਜ਼ਰ ਰਹਾ ਆਪ ਵੀ ਬੈਠਾ ਕਈਆਂ ਦਾ ਸਰੀਰ ਬੈਠਾ ਹੁੰਦਾ ਲੇਕਿਨ ਮਨ ਗੈਰ ਹਾਜ਼ਰ ਹੁੰਦਾ ਕਿੱਥੇ ਵਿਚਾਰਾਂ ਚ ਇੱਥੇ ਗਿਆ ਰਹਿ ਜਾਂਦਾ ਜਿੱਥੋਂ ਦੀ ਵਿਚਾਰ ਆ ਰਹੀ ਹੈ ਉੱਥੇ ਚਲਾ ਜਾਂਦਾ ਹੈ ਸਰੀਰ ਇੱਥੇ ਬੈਠਾ ਹੋਇਆ ਤੇ ਜਿਨ੍ਹਾਂ ਨੇ ਮਨ ਨੂੰ ਤੇ ਤਨ ਨੂੰ ਹਾਜ਼ਰ ਰੱਖਿਆ ਉਹਨਾਂ ਨੂੰ ਸਮਝਾਈ ਕਿ ਨਾਮ ਮੰਗਿਆ ਜਾਏ ਉਹਨਾਂ ਨੂੰ ਸਮਝਾਈ ਵੀ ਗੁਰਬਾਣੀ ਦਾ ਵਿੱਚ ਕਿਹੜਾ ਸ਼ਬਦ ਹੈ ਜਿੰਦੇ ਵਿੱਚ ਨਾਮ ਦਾ ਜ਼ਿਕਰ ਨਹੀਂ ਆਉਂਦਾ ਨਾਮ ਨਾਮ ਨੂੰ ਹੀ ਗੁਰਬਾਣੀ ਵਿੱਚ ਸ਼ਬਦ ਕਿਹਾ ਗਿਆ ਹੈ। ਨਾਮ ਨੂੰ ਹੀ ਗੁਰਬਾਣੀ ਵਿੱਚ ਅਨਹਦ ਕਿਹਾ ਗਿਆ ਹੈ। ਨਾਮ ਨੂੰ ਹੀ ਗੁਰਬਾਣੀ ਦੇ ਵਿੱਚ ਸੱਚਾ ਸ਼ਬਦ ਕਿਹਾ ਗਿਆ ਹੈ, ਸੱਚੀ ਬਾਣੀ ਕਿਹਾ ਗਿਆ ਹੈ। ਤੇ ਹਰ ਕੀ ਕਥਾ ਵੀ ਨਾਮ ਨੂੰ ਹੀ ਕਿਹਾ ਗਿਆ ਹੈ ਕਿਉਂਕਿ ਮਾਲਕ ਬੋਲਦਾ ਹੈ। ਮਾਲਕ ਦੀ ਆਵਾਜ਼ ਆ। ਸਭ ਤੇ ਉਤਮ ਹਰ ਕੀ ਕਥਾ। ਨਾਮ ਸੁਣਤ ਦਰਦ ਦੁੱਖ ਲਥਰ ਤੇ ਹੁਣ ਗੁਰਮੁਖ ਪਿਆਰਿਓ ਜਦੋਂ ਆਪਾਂ ਨੂੰ ਭੇਦ ਖੁੱਲਿਆ ਤੇ ਪਤਾ ਲੱਗਿਆ ਕਿ ਜਿਹੜੇ ਗੁਰਮੁਖ ਖੋਜੀ ਸੀ ਕੁਝ ਸਮਾਂ ਪਹਿਲਾਂ ਉਹਨਾਂ ਨੇ ਆ ਕੇ ਸਾਡੇ ਗੁਰੂ ਮਹਾਰਾਜ ਦੇ ਜਿਹੜੇ ਵਜੀਰ ਸੀ ਉਹਨਾਂ ਨੂੰ ਪੁੱਛਿਆ ਕਿ ਗੁਰਬਾਣੀ ਦੇ ਵਿੱਚ ਨਾਮ ਦੀ ਮਹਿਮਾ ਹੋ ਰਹੀ ਆ ਵਡਿਆਈ ਹੋ ਰਹੀ ਆ ਤੇ ਨਾਮ ਹੈ ਕੀ ਸਾਨੂੰ ਦੱਸੋ ਉਹਨਾਂ ਨੂੰ ਭੇਦ ਨਹੀਂ ਸੀ ਕਿਉਂਕਿ ਉਹਨਾਂ ਦਾ ਕਾਰੋਬਾਰ ਸੀ ਕੀ ਸੀ ਜੀ ਉਹਨਾਂ ਦੀ ਇੱਕ ਜੌਬ ਸੀਗੀ ਤੇ ਜੌਬ ਜੇ ਪ੍ਰੈਕਟੀਕਲ ਕਰਕੇ ਕਰਦੇ ਫੇਰ ਤਾਂ ਬੜਾ ਵਧੀਆ ਸੀ ਕਿਉਂਕਿ ਪ੍ਰੈਕਟੀਕਲ ਦਾ ਭੇਦ ਨਹੀਂ ਸੀ ਅਕਾਥ ਦਾ ਭੇਦ ਨਹੀਂ ਸੀ ਨਿਰੰਕਾਰ ਸੱਚ ਦਾ ਭੇਦ ਨਹੀਂ ਸੀ ਤੇ ਉਹ ਸੈਟੀਸਫਾਈ ਨਾ ਕਰ ਸਕੇ ਜਦੋਂ ਸੈਟੀਸਫਾਈ ਨਾ ਕਰ ਸਕੇ ਤੇ ਉਹ ਜਿਹੜੇ ਖੋਜੀ ਸੀ ਜਿਹਨੇ ਪੁੱਛਣ ਗਏ ਸੀ ਉਹਨਾਂ ਨੇ ਫਿਰ ਹੋਰ ਰਸਤਾ اختیار ਕਰਿਆ ਉਹ ਵੱਡੀ ਵੱਡੀ ਦੁਨੀਆ ਦੇ ਉੱਤੇ ਕਿੰਨੀਆਂ ਸੰਸਥਾਵਾਂ ਬਣੀਆਂ ਨੇ ਕੋਈ ਉੱਧਰ ਨੂੰ ਚਲਾ ਗਿਆ ਕੋਈ ਉੱਧਰ ਨੂੰ ਚਲਾ ਗਿਆ ਉਹਨਾਂ ਨੇ ਜਦੋਂ ਜਾ ਕੇ ਪੁੱਛਿਆ ਵੀ ਗੁਰਬਾਣੀ ਵਿੱਚ ਨਾਮ ਦੀ ਮਹਿਮਾ ਵਡਿਆਈ ਹੋ ਰਹੀ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵੀ ਇਹ ਨਾਮ ਕੀ ਹੈ ਤਾਂ ਉਹਨਾਂ ਨੇ ਕੀ ਕੀਤਾ ਅਖਰੀ ਸ਼ਬਦ ਕਿਹੜਾ ਜੀ ਅੱਖਰਾਂ ਵਾਲਾ ਵਰਡ ਵਾਲਾ ਜਿਹੜਾ ਲਿਖਣ ਪੜਨ ਵਿੱਚ ਅਖਰੀ ਸ਼ਬਦ ਆਉਂਦਾ ਉਹ ਗਰਬਾਣੀ ਵਿੱਚੋਂ ਸ਼ਬਦ ਕੱਢ ਕੇ ਦੇ ਦਿੱਤੇ ਵੀ ਇਹ ਨਾਮ ਤੇ ਉਹਨਾਂ ਨੇ ਉਹਨਾਂ ਨੂੰ ਰਿਪੀਟ ਕਰਨਾ ਜਪਨਾ ਸ਼ੁਰੂ ਕਰ ਦਿੱਤਾ ਲੇਕਿਨ ਪੇਦ ਫਿਰ ਵੀ ਨਾ ਖੁੱਲਿਆ ਵਿਚਾਰੇ ਗਏ ਖੋਜੀ ਲੇਕਿਨ ਪੇਦ ਫਿਰ ਵੀ ਨਾ ਖੁੱਲਿਆ ਫਿਰ ਵਿੱਚੋਂ ਹੋਰ ਬਣਦੀਆਂ ਗਈਆਂ ਸੰਸਾਵਾ ਉਹ ਉੱਥੇ ਜਾਣ ਲੱਗੇ ਲekin ਜਦੋਂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਛਣ ਵਿੱਚ ਆਇਆ ਕੋਈ ਗੁਰਮੁਖ ਮਿਲਿਆ ਕੌਣ ਮਿਲਿਆ ਜੀ ਮਾਲਕ ਦੇ ਮਲਾਪ ਵਾਲਾ ਗੁਰਮੁਖ ਮਿਲਿਆ ਜਿੰਨੇ ਮਾਲਕ ਨਾਲ ਮਲਾਪ ਕੀਤਾ ਸੀ ਜਿੰਦਾ ਮਲਾਪ ਹੋ ਜਾਂਦਾ ਹੈ ਉਹਦਾ ਮਨ ਪਾਰਦਰਸ਼ੀ ਹੋ ਜਾਂਦਾ ਹੈ ਉਹਦਾ ਮਨ ਪਾਰਦਰਸ਼ੀ ਹੋ ਜਾਂਦਾ ਉਹਨੂੰ ਦਿਵਦ੍ਰਿਸ਼ਟ ਹੋ ਜਾਂਦੀ ਹੈ ਤੇ ਉਹ ਦਿਵਦ੍ਰਿਸ਼ਟ ਹੋਣ ਕਰਕੇ ਸਾਰਾ ਅੰਦਰਲਾ ਤੇ ਬਾਹਰਲਾ ਨੂੰ ਗਿਆਨ ਹੁੰਦਾ ਹੈ ਉਹਨਾਂ ਗੁਰਮੁਖਾਂ ਨੇ ਫਿਰ ਦੱਸਿਆ ਕਿ ਜੋ ਨਾਮ ਹੈ ਇਹ ਹੈ ਸੱਚ ਦੀ ਆਵਾਜ਼ ਨਾਮ ਕੀ ਹੈ ਜੀ ਅਕਾਲ ਪੁਰਖ ਜੀ ਦੀ ਆਵਾਜ਼ ਤੇ ਆਪਾਂ ਪੁੱਛਿਆ ਮਹਾਰਾਜ ਆਵਾਜ਼ ਕਿਸ ਤਰ੍ਹਾਂ ਦੀ ਆ ਉਹ ਕਹਿੰਦੇ ਉਹ ਵਰਡਾਂ ਵਾਲੀ ਨਹੀਂ ਇੱਥੇ ਦੇ ਜਿਹੜੇ ਗੋਰੇ ਲੋਕ ਨੇ ਉਹਨਾਂ ਦੀ ਬਾਈਬਲ ਦੇ ਵਿੱਚ ਵਰਡ ਸ਼ਬਦ ਲਿਖਿਆ ਆ ਕੀ ਲਿਖਿਆ ਆ ਵਰਡ ਉਹਨਾਂ ਨੇ ਵੀ ਉਸ ਮੁਤਾਬਕ ਉਹ ਵਰਡ ਨੂੰ ਸ਼ਬਦ ਕਹਿੰਦੇ ਨੇ ਕੀ ਕਹਿੰਦੇ ਸ਼ਬਦ ਤੇ ਆਪਣੇ ਵੀ ਗੁਰਬਾਣੀ ਦੇ ਵਿੱਚ ਸ਼ਬਦ ਨਾਮ ਅਨਹਦ ਬਾਰ ਬਾਰ ਲਿਖਿਆ ਆ ਪਰ ਅਸੀਂ ਵੀ ਉਹ ਨੂੰ ਸਮਝ ਨਹੀਂ ਸਕੇ ਵੀ ਉਹ ਵਰਡ ਕਿਹੜਾ ਹੈ ਉਹ ਸ਼ਬਦ ਕਿਹੜਾ ਹੈ ਕਈਆਂ ਨੇ ਉਸ ਆਵਾਜ਼ ਨੂੰ ਕੀ ਕਿਹਾ ਬਿਗ ਬਿਗ ਬੈਨ ਵੀ ਕਿਹਾ ਗਿਆ ਹੈ ਨਾ ਤੇ ਲੇਕਿਨ ਉਹ ਸਾਰੇ ਦੇ ਸਾਰੇ ਕਿੱਥੇ اٹਕ ਗਏ ਵੀ ਉਹ ਅੱਖਰਾਂ ਵਾਲਾ ਹੈ ਕਿਹੜਾ ਜੀ ਉਹ ਲਿਖਣ ਪੜਨ ਵਿੱਚ ਆਉਣ ਵਾਲਾ ਹੈ ਜਿਹੜਾ ਨਾਮ ਆ ਤੇ ਪਰ ਮਹਾਰਾਜ ਤਾਂ ਬਾਣੀ 'ਚ ਮੋਹਰ ਲਾਉਂਦੇ ਨੇ ਕਹਿੰਦੇ ਨਾਮ ਨੂੰ ਕਲਮ ਕਾਗਜ਼ ਦੇ ਉੱਤੇ ਲਿਖ ਨਹੀਂ ਸਕਦੀ ਆਪਾਂ ਤਾਂ ਹੁਣ ਗੁਰੂ ਦੀ ਗੱਲ ਮੰਨਣੀ ਹੈ ਨਹੀਂ ਤੇ ਹੁਣ ਜਪਜੀ ਸਾਹਿਬ ਦਾ ਪਾਠ ਆਪਾਂ ਸਾਰੇ ਕਰਦੇ ਆ ਕੋਈ ਪੰਜ ਬਾਣੀਆਂ ਦਾ ਕਰਦਾ ਕੋਈ ਜਪਜੀ ਸਾਹਿਬ ਦਾ ਹਰ ਇੱਕ ਕਰਦਾ ਹੀ ਕਰਦਾ ਗੁਰਮੁਖ ਤੇ ਜਪਜੀ ਸਾਹਿਬ ਦੀ ਬਾਣੀ 'ਚ ਦੱਸਿਆ ਗਿਆ ਵੀ ਨਾਮ ਲਿਖਣ ਪੜਨ 'ਚ ਨਹੀਂ ਆਉਂਦਾ ਹੁਣ ਤੁਸੀਂ ਸਾਰੇ ਜਣੇ ਲੱਭੋ ਕਿਹੜੀ ਪੰਕਤੀ ਆ ਕਾਗਜ਼ ਕਲਮ ਨਾਲ ਲਿਖਨ ਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋ ਦੱਸ ਦਿੱਤਾ ਕਿ ਉਹ ਜੋ ਨਾਮ ਹੈ ਉਹ ਲਿਖਣ ਪੜਨ ਵਿੱਚ ਨਹੀਂ ਆਉਂਦਾ ਉਹ ਸਿਰਫ ਸੁਣਨ ਵਿੱਚ ਆਉਂਦਾ ਕਿਸ ਰੂਪ ਵਿੱਚ ਆਉਂਦਾ ਸੁਣਨ ਦੇ ਵਿੱਚ ਆਉਂਦਾ ਜੋ ਕੁਰਬਾਨੀ ਅੱਖਰਾਂ ਦੇ ਵਿੱਚ ਲਿਖੀ ਗਈ ਹੈ ਇਹ ਅਮਰਤ ਬਾਣੀ ਹੈ ਜਿਹੜਾ ਇਹਨੂੰ ਪੜ੍ਹ ਕੇ ਪ੍ਰੈਕਟੀਕਲ ਕਰ ਲੇਗਾ ਉਹ ਅਮਰ ਹੋ ਜਾਏਗਾ ਉਹ ਅਮਰ ਹੋ ਜਾਏਗਾ ਪੜ੍ਹ ਕੇ ਪ੍ਰੈਕਟੀਕਲ ਕਰੇਗਾ ਤਾਂ ਪੜਨ ਤੱਕ ਸੀਮਤ ਰਹਾ ਫਿਰ ਵੀ ਗੱਲ ਨਹੀਂ ਬੰਨਨੀ ਪੜਿਆ ਮੈਲ ਨਾ ਉਤਰੀ ਪੁੱਛੋ ਗਿਆਨੀਆ ਜਾਏ ਕਹਿੰਦੇ ਪੰਡਿਤ ਮੋਨੀ ਪੜ ਪੜ ਥਕੇ ਪੰਡਿਤ ਮੋਨੀ ਪੜ ਪੜ ਥਕੇ ਪੀਖ ਥਕੇ ਤਨ ਧੋਏ ਕਹਿੰਦੇ ਉਹਨਾਂ ਨੇ ਪੀਖ ਬਣਾ ਲਿਆ ਬਾਰ ਬਾਰ ਤਨ ਧੋਏ ਜਾਂਦੇ ਅਤੇ ਪੜੀ ਜਾਂਦੇ ਫੇਰ ਕੀ ਕਹਿੰਦੇ ਕਹਿੰਦੇ ਵੀ ਪਾਠ ਪੜ੍ਹ ਕੇ ਬੁੱਝਣਾ ਸੀ ਤੇ ਬੁੱਝਿਆ ਨਹੀਂ ਕਿੰਨੂ ਮਾਲਕ ਨੂੰ ਕਹਿੰਦੇ ਪਾਠ ਪੜ੍ਹੇ ਨਾ ਬੁੱਝੀ ਪਾਠ ਪੜ੍ਹੇ ਨਾ ਬੁੱਝੀ ਪੇਖੀ ਪਰਮਪਲਾਈ ਕਹਿੰਦੇ ਉਹ ਪੇਖ ਵਿੱਚ ਪਰਮ ਵਿੱਚ ਪੈ ਗਿਆ ਪਾਠ ਪੜ੍ਹ ਲਿਆ ਲੇਕਿਨ ਮਾਲਕ ਨੂੰ ਨਹੀਂ ਬੁੱਝਿਆ ਤੇ ਹੁਣ ਜਦੋਂ ਆਪਾਂ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਏ ਤੇ ਮਹਾਰਾਜ ਕਹਿੰਦੇ ਤੁਸੀਂ ਬੁੱਝੋ ਪਾਠ ਪੜ੍ਹ ਕੇ ਬੁੱਝੋ ਤੇ ਫੇਰ ਆਪਾਂ ਜਦੋਂ ਬੁੱਝਦੇ ਆਂ ਤੇ ਫੇਰ ਪਤਾ ਲੱਗਦਾ ਵੀ ਮਾਲਕ ਤਾਂ ਇੱਕੋ ਹੀ ਆ ਗੁਰ ਪ੍ਰਸ਼ਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨਵਰਨਾ ਕੋਈ ਉਹ ਜੋ ਹਰੀ ਹੈ ਜੋ ਇੱਕ ਹੈ ਜਿਹਨੂੰ ਅਸੀਂ ਗੁਰੂ ਦੇ ਰਾਹੀਂ ਬੁਝਣਾ ਹੈ ਜਾਣਣਾ ਹੈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨੰਜਾਈ ਉਹ ਕਿਸ ਤਰ੍ਹਾਂ ਦਾ ਹੈ ਉਹਦਾ ਕੋਈ ਰੂਪ ਰੰਗ ਨਹੀਂ ਹੈ ਸੰਸਾਰ ਦੇ ਉੱਤੇ ਜੋ ਕੁਝ ਵੀ ਹੈ ਦਿਸਦਾ ਇਹਦਾ ਰੂਪ ਰੰਗਾ ਕੱਪੜਿਆਂ ਦਾ ਰੰਗ ਨੇ ਮਾਸ ਦੇ ਰੰਗ ਨੇ ਕਿਸੇ ਦਾ ਰੰਗ ਕਾਲਾ ਹੈ ਕਿਸੇ ਦਾ ਗੋਰਾ ਹੈ ਇਹਦਾ ਕਣਕਵੰਨਾ ਤੇ ਕਿਸੇ ਦਾ ਦਰੀਆਂ ਦੇ ਕੱਪੜਿਆਂ ਦੇ ਅਡੋਡੀ ਰੰਗ ਨੇ ਤੇ ਉਹ ਕਹਿੰਦੇ ਮਾਲਕ ਤਾਂ ਰੰਗ ਵਿੱਚ ਨਹੀਂ ਆਉਂਦਾ ਤੇ ਨਾ ਉਹ ਆਉਂਦਾ ਤ੍ਰੈਗੁਣਾ ਦੇ ਵਿੱਚ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈਗੁਣ ਤੇ ਪ੍ਰਭ ਪਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਕਹਿੰਦੇ ਜਿੰਦੇ ਤੇ ਉਹ ਖੁਸ਼ ਹੁੰਦਾ ਹੈ ਬੱਚੇ ਤੇ ਉਹਨੂੰ ਜਨੋਂਦਾ ਹੈ ਕਿ ਮੈਂ ਇਸ ਤਰ੍ਹਾਂ ਦਾ ਆ ਜਾ ਪੁੱਤ ਤੇ ਪੁੱਤ ਕਿਨੂੰ ਕਿਹਾ ਮੰਨ ਨੂੰ ਮੰਨ ਨੂੰ ਕਹਿੰਦਾ ਵੀ ਆ ਜਾ ਹੁਣ ਜਿਸ ਮਨ ਤੇ ਖੁਸ਼ ਹੋਇਆ ਉਹਨੂੰ ਜਨੋਂਦਾ ਹੈ ਕਿ ਮੈਂ ਹੈਗਾ ਪ੍ਰਸੰਨ ਹੋਇਆ ਹੁਣ ਮਾਲਕ ਦਾ ਕੋਈ ਰੂਪ ਰੰਗ ਨਹੀਂ ਹੈ ਮਾਲਕ ਦਾ ਕੋਈ ਰੂਪ ਰੰਗ ਨਹੀਂ ਹੈ ਜੇ ਰੂਪ ਰੰਗ ਨਹੀਂ ਹੈ ਤੇ ਹੈ ਜਰੂਰ ਤੇ ਕਿਸ ਤਰ੍ਹਾਂ ਦਾ ਹੈ ਤੇ ਉਹ ਫਿਰ ਦੱਸ ਦਿੱਤਾ ਕਿ ਉਹ ਪਾਣੀ ਵਰਗਾ ਹੈ ਕਿੰਦੇ ਵਰਗਾ ਹੈ ਪਾਣੀ ਵਰਗਾ ਹੈ ਉਹ ਸ਼ੀਸ਼ੇ ਵਰਗਾ ਹੈ ਉਹ ਪੂਰਨ ਮਾਸੀ ਦੀ ਰਾਤ ਨੂੰ ਚੰਦਰਮਾ ਦੀ ਚਾਨਣੀ ਦੇ ਪ੍ਰਕਾਸ਼ ਵਰਗਾ ਹੈ ਗੁਰਬਾਣੀ ਚ ਲਿਖਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਸ ਰਹੇ ਨੇ ਵੀ ਮਾਲਕ ਕਿਸ ਤਰ੍ਹਾਂ ਦਾ ਹੈ ਠੇਠ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਸੱਚ ਇਹ ਸੱਚ ਨੂੰ ਹਿੰਦੀ ਵਿੱਚ ਬੋਲੋ ਤੇ ਕੀ ਕਿਹਾ ਜਾਂਦਾ ਸਤ ਤੇ ਫਿਰ ਗੁਰਬਾਣੀ ਤੇ ਸਤ ਕਹਿ ਕੇ ਦੱਸਿਆ ਵੀ ਉਹ ਉਹਦਾ ਸਰੂਪ ਕਿਸ ਤਰ੍ਹਾਂ ਦਾ ਮਾਲਕ ਦਾ ਰੂਪ ਰੰਗ ਨਹੀਂ ਹੈ ਲੇਕਿਨ ਸਰੂਪ ਤਾਂ ਹੈ ਕੋਈ ਨਾ ਕੋਈ ਤੇ ਕਿਸ ਤਰ੍ਹਾਂ ਦਾ ਇਹ ਕਹਿੰਦੇ ਬੋਲੇ ਗੋਪੀ ਬੋਲੇ ਗੋਪੀ ਚੰਦ ਸਤ ਸਰੂਪ ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤਤਮੈ ਰੇਖ ਨ ਰੂਪ ਇਹਨਦੇ ਹੁੰਦਾ ਕੋਈ ਰੂਪ ਰੇਖ ਨਹੀਂ ਹੈ ਪਰਮ ਤਤ ਦਾ ਪਰਮ ਤਤ ਮੇਨ ਜ ਮਾਲਕ ਤਤ ਮੇਨ ਜ ਨਾਮ ਤਤ ਕੀ ਹੈ ਨਾਮ ਤੇ ਨਾਮ ਕੀ ਹੈ ਉਹ ਸੱਚ ਦੀ ਆਵਾਜ਼ ਪ੍ਰਕਾਸ਼ ਦੀ ਆਵਾਜ਼ ਜੋ ਸ਼ੀਸ਼ੇ ਵਰਗਾ ਹੈ ਪਾਣੀ ਵਰਗਾ ਹੈ ਚੰ드ਰਮਾ ਦੀ ਚਾਨਣੀ ਵਰਗਾ ਹੈ ਦੁਪਹਿਰੇ ਸੂਰਜ ਚੜ੍ਹੇ ਵਰਗਾ ਹੈ ਦੁਪਹਿਰੇ ਸੂਰਜ ਕਿਸ ਤਰ੍ਹਾਂ ਦਾ ਹੁੰਦਾ ਹੈ ਐਂਡ ਸਾਫ਼ ਚਿੱਟਾ ਦਿਖਾਈ ਦਿੰਦਾ ਹੈ ਹੁਣ ਗੁਰਮੁਖ ਪਿਆਰਿਓ ਜੋ ਮਾਲਕ ਦੇ ਮੁਖ ਦੀ ਆਵਾਜ਼ ਹੈ ਉਹਦਾ ਵੀ ਕੋਈ ਰੂਪ ਰੰਗ ਨਹੀਂ ਹੈ ਤੇ ਇਸ ਰੂਪ ਨਾ ਰੇਖ ਅਨਾਹਦ ਬਾਜੇ ਸ਼ਬਦ ਨਿਰੰਜਨ ਕੀਆ ਤੇ ਇਹਨੂੰ ਮਾਲਕ ਜੀ ਨੂੰ ਤੇ ਨਾਮ ਨੂੰ ਗੁਰਬਾਣੀ ਦੇ ਵਿੱਚ ਸ਼ਬਦਾਂ ਦੁਆਰਾ ਦਿਖਾਇਆ ਗਿਆ ਸ਼ਬਦਾਂ ਮਾਹੇ ਵਖਾਣੀਏ ਵਿਰਲਾ ਤਾ ਬੁੱਝੇ ਕੋਏ ਕਹਿੰਦੇ ਸ਼ਬਦਾਂ ਚ ਦਿਖਾ ਦਿੱਤਾ ਵੀ ਉਹ ਪਾਣੀ ਵਰਗਾ ਹੈ ਸ਼ੀਸ਼ੇ ਵਰਗਾ ਹੈ ਪਰ ਵਿਰਲਾ ਬੁੱਝੇਗਾ विरला mệnh जी करोड़ा मगर विरला शब्द मतलब अपने आप अंदाजा ਲਾ ਲਿਓ ਵੀ ਕਰੋੜਾ मगर ਕੋਈ 부ਝੇਗਾ ਤੇ ਹੁਣ ਦੱਸਦਾ ਵੀ ਉਹਦਾ ਕੋਈ ਰੂਪ ਰੇਖ ਨਹੀਂ ਹੈ ਉਹਦਾ ਕੋਈ ਰੂਪ ਰੇਖ ਨਹੀਂ ਹੈ ਤੇ ਨਾਮ ਦਾ ਵੀ ਕੋਈ ਰੂਪ ਰੇਖ ਨਹੀਂ ਹੈ ਤੇ ਹੁਣ ਜੇ ਆਪਾਂ ਇਹਨੂੰ ਮੈਂ ਸੌਖਾ ਕਰਕੇ ਤੁਹਾਨੂੰ ਸਮਝਾ ਦਿਆਂ ਇਸ਼ਾਰਾ ਕਰਾਂਗਾ ਵੀ ਇਹ ਸਾਰੇ ਇੱਧਰ ਪ੍ਰਕਾਸ਼ ਹੀ ਪ੍ਰਕਾਸ਼ ਕੀ ਹੈ ਜੀ ਮਨ ਲਓ ਵੀ ਇਹ ਦਰਬ ਮਾਲਕਾ ਪ੍ਰਕਾਸ਼ ਹੀ ਪ੍ਰਕਾਸ਼ ਤੇ ਮਾਲਕ ਦੇ ਮੁਖ ਦੀ ਆਵਾਜ਼ ਤੂੰ ਤੇਰਾ ਮੁਖ ਸੁਹਾਵਾ ਜਿਓ ਸਹਿਜ ਤੂੰ ਬਾਣੀ ਤੇ ਨਾਲ ਹੀ ਦੱਸਦਾ ਵੀ ਉਹ ਕਹੇ ਜਿਆ ਚਿਰ ਹੋਵਾ ਦੇਖੇ ਸਾਰੰਗ ਪਾਣੀ ਉਹ ਪਾਣੀ ਵਰਗਾ ਤੇ ਬਾਬਾ ਨਾਮਦੇਵ ਜੀ ਨੇ ਵੀ ਕਲੀਅਰ ਕੀਤਾ ਹੈ ਮਾਲਕ ਕਹੇ ਰਿਆ ਕਹਿੰਦੇ ਪਾਣੀ ਬਾਲਟੀ ਵਿੱਚ ਭਰ ਲੋ ਤੇ ਉਹਦੇ ਵਿੱਚ ਆਪਦਾ ਮੂੰਹ ਵੇਖੋ ਤੇ ਪਾਣੀ ਕਿੰਨਾ ਟਿਕਿਆ ਹੁੰਦਾ ਹੈ ਆਸੇ ਪਾਸੇ ਸਾਫ ਦਿਖਾਈ ਦਿੰਦਾ ਐ ਇਦੋਂ ਤੱਕ ਕੁਆਲਿਟੀ ਹੁਣ ਆਪਾਂ ਕਿਤੋਂ ਦੇ ਨਹੀਂ ਸਕਦੇ ਕਹਿੰਦੇ ਪਾਣੀ ਮਾਹੇ ਦੇਖੋ ਮੁਖ ਜੈਸਾ ਨਾਵੇਂ ਕੋ ਸੁਆਮੀ ਬੀਠਲੈਸਾ ਨਾਵੇਂ ਦਾ ਸੁਆਮੀ ਬੀਠਲ ਇਸ ਤਰ੍ਹਾਂ ਦਾ ਜਦੋਂ ਪਾਣੀ ਦੇ ਵਿੱਚ ਆਪਾਂ ਮੂੰਹ ਦੇਖਦੇ ਆਪ ਨੂੰ ਦੇਖਦਾ ਨਾ ਮੂੰਹ ਆਪਣਾ ਤੇ ਆਸੇ ਪਾਸੇ ਪਾਣੀ ਕਿਸ ਤਰ੍ਹਾਂ ਦਾ ਹੁੰਦਾ ਐ ਇੱਕ ਟਿੱਕਿਆ ਹੁੰਦਾ ਇਸ ਤਰ੍ਹਾਂ ਦਾ ਪਤਾ ਸਾਡਾ ਮਾਲਕ ਥਿਰ ਹੈ ਕੀ ਹੈ ਜੀ ਥਿਰ ਜੇ ਟਿਕਦਾ ਨਹੀਂ ਤਾਂ ਸਾਡੇ ਮਨ ਦਾ ਧਿਆਨ ਨਹੀਂ ਟਿਕਦਾ ਜੇ ਟਿਕਦਾ ਨਹੀਂ ਸਾਡਾ ਮਨ ਨਹੀਂ ਟਿਕਦਾ ਮਾਲਕ ਤਾਂ ਥਿਰ ਹੈ ਅਸੀਂ ਉਹਦੇ ਬੱਚੇ ਆ ਅਸੀਂ ਉਹਦੇ ਬੱਚੇ ਆ ਮਨ ਤੌਰ ਤੇ ਤਨ ਤੌਰ ਤੇ ਤਾਂ ਦੁਨਿਆਵੀ ਮਾਂ ਪਿਓ ਨੇ ਆਪਣੇ ਤਨ ਵਰਗੇ ਨੇ ਮਨ ਤੌਰ ਤੇ ਵੈਸੇ ਤਾਂ ਸਾਰਾ ਕੁਝ ਉਹਨੇ ਬੜਾਇਆ ਤਨ ਵੀ ਉਹਨੇ ਬਣਾਇਆ ਮਨ ਵੀ ਉਹਨੇ ਬਣਾਇਆ ਅੱਖਾਂ ਵੀ ਉਹਨੇ ਬਣਾਈਆਂ ਨੱਕ ਵੀ ਉਹਨੇ ਬਣਾਇਆ ਸਾਰੀ ਬੋਡੀ ਉਹਨੇ ਬਣਾਈ ਸਾਰੀ ਬੋਡੀ ਦੇ ਪਾਰਟ ਸਾਰੇ ਬਣਾ ਕੇ ਕਿਵੇਂ ਜਿੱਥੇ ਜਿੱਥੇ ਜਿਹੜੀ ਚੀਜ਼ ਟੁੱਕਦੀ ਸੀ ਉੱਥੇ ਲਾਈ ਜਿੱਥੇ-ਜਿੱਥੇ ਟੋਕਦੀ ਸੀ ਉੱਥੇ ਲਾਈ ਇਸ ਕਰਕੇ ਮਹਾਰਾਜ ਗੁਰਬਾਣੀ ਦੇ ਵਿੱਚ ਦੱਸਦੇ ਨੇ ਕਿ ਇਹ ਸਾਰੇ ਸਰੀਰ ਨੂੰ ਗੁਰਬਾਣੀ ਵਿੱਚ ਪਿੰਡ ਗਿਆ ਗਿਆ ਕੀ ਕਿਹਾ ਗਿਆ ਜੀ ਇਹਨੂੰ ਪਿੰਡ ਗਿਆ ਗਿਆ ਇਹ ਜਿਹੜਾ ਪਿੰਡ ਹੈ ਸਰੀਰ ਹੈ ਇਹ ਮਾਤਾ-ਪਿਤਾ ਦੇ ਸਹਿਯੋਗ ਨਾਲ ਬੰਨਦਾ ਕੇਦਣਾ ਬੰਨਦਾ ਜੀ ਸਰੀਰ ਮਾਤਾ-ਪਿਤਾ ਦੇ ਸਹਿਯੋਗ ਨਾਲ ਬੰਨਦਾ ਮਾਤਾ-ਪਿਤਾ ਸਹਿਯੋਗ ਉਪਾਏ ਰਕਤ ਬਿੰਦ ਮਿਲ ਪਿੰਡ ਕਰੇ ਲੈਕਿਨ ਮਨ ਕਿਵੇਂ ਬਣਦਾ ਹੈ ਮਨ ਤੈਨ ਦਿਨ ਨਹੀਂ ਬਣਦਾ ਮਨ ਬਣਦਾ ਹੈ ਪੰਜਾਂ ਤਤਾਂ ਤੋਂ ਕਿੱਥੋਂ ਜੀ ਪੰਜਾਂ ਤਤਾਂ ਨੂੰ ਇਕੱਠਾ ਕੀਤਾ ਤਾਂ ਇੱਕ ਪ੍ਰਕਾਸ਼ ਨਜ਼ਰ ਆਇਆ ਉਹਨੂੰ ਮਨ ਕਹਿੰਦੇ ਨੇ ਤਾਂ ਪੰਜ ਤਤ ਕਿਹੜੇ ਨੇ ਪੌਣ ਪਾਣੀ ਅੱਗ ਮਿੱਟੀ ਆਕਾਸ਼ ਇਹ ਪੰਜੇ ਤਤ ਪ੍ਰਕਾਸ਼ਮਾਨ ਰੂਪ ਨੇ ਕਿਸ ਰੂਪ ਵਿੱਚ ਨੇ ਜੀ ਪੌਣ ਦਾ ਪ੍ਰਕਾਸ਼ ਕਿਸ ਤਰ੍ਹਾਂ ਦਾ ਹੈ ਹਰੇ ਰੰਗ ਦਾ ਪਾਣੀ ਦਾ ਪ੍ਰਕਾਸ਼ ਕਿਸ ਤਰ੍ਹਾਂ ਦਾ ਹੈ ਚਿੱਟੇ ਰੰਗ ਸਫੈਦ ਰੰਗ ਦਾ ਅੱਗ ਦਾ ਪ੍ਰਕਾਸ਼ ਲਾਲ ਰੰਗ ਦਾ ਮਿੱਟੀ ਦਾ ਪ੍ਰਕਾਸ਼ ਪੀਲੇ ਰੰਗ ਦਾ ਆਕਾਸ਼ ਦਾ ਨੀ ਡਾਰਕ ਨੇਵੀ ਬਲੂ ਕਾਲਾ ਕਹਿ ਲੋ ਹਨ ਇਸ ਰੰਗ ਦਾ ਇਹ ਪੰਜੇ ਪ੍ਰਕਾਸ਼ ਇਕੱਠੇ ਕੀਤੇ ਤਾਂ ਛੇਵਾਂ ਪ੍ਰਕਾਸ਼ ਇੱਕ ਹੋਰ ਨਜ਼ਰ ਆਇਆ ਉਹਨੂੰ ਮਨ ਕਹਿੰਦੇ ਮਾਰਾ ਕਹਿੰਦੇ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮਾ ਦੇਖੋ ਮਾਤਾ ਪਿਤਾ ਦੇ ਸਹਯੋਗ ਨਾਲ ਸਰੀਰ ਬਣਿਆ ਪਿੰਡ ਬਣਿਆ ਤੇ ਮਨ ਨੂੰ ਮਾਲਕ ਨੇ ਪਹਿਲਾਂ ਪੰਜ ਤਤ ਪ੍ਰਗਟ ਕੀਤੇ ਮਾਲਕ ਨੇ ਸੁੰਨ ਵਿੱਚੋਂ ਤੇ ਸੁੰਨ ਵਿੱਚੋਂ ਪੰਜਾਂ ਤਤਾਂ ਤੋਂ ਫਿਰ ਮਨ ਨੂੰ ਪ੍ਰਗਟ ਕੀਤਾ ਤੇ ਪੰਜ ਤਤ ਕਿੱਥੋਂ ਪ੍ਰਗਟ ਹੋਏ ਸੁੰਨ ਵਿੱਚੋਂ ਸੁੰਨ ਮਾਲਕ ਨੂੰ ਕਹਿੰਦੇ ਨੇ ਸਰਗੁਣ ਨਿਰਗੁਣ ਰੰਕਾਰ ਸੁੰਨ ਸਮਾਦੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ ਤੇ ਫਿਰ ਕੀ ਕਹਿੰਦੇ ਕਹਿੰਦੇ ਪੰਜ ਤਤ ਸੁਨੂ ਪ੍ਰਗਾਸਾ ਦੇਸ ਜੋਗੀ ਕਰਮ ਵਿਆਸਾ ਪੰਜ ਤਤਾਂ ਨੂੰ ਕਿੱਥੋਂ ਪ੍ਰਗਟ ਕੀਤਾ ਸੁਨ ਵਿੱਚੋਂ ਤੇ ਉਸ ਤੋਂ ਬਾਅਦ ਪੰਜਾਂ ਤਤਾਂ ਨੂੰ ਇਕੱਠਾ ਕੀਤਾ ਤਾਂ ਇੱਕ ਲਾਈਟ ਨਜ਼ਰ ਆਈ ਉਹਨੂੰ ਮਨ ਕਹਿੰਦੇ ਨੇ ਫਿਰ ਪੰਜਾਂ ਤਤਾਂ ਨੂੰ ਇਕੱਠਾ ਕੀਤਾ ਇੱਕ ਲਾਈਟ ਹੋਰ ਨਜ਼ਰ ਆਈ ਉਹਨੂੰ ਧਰਮਰਾਇ ਕਹਿੰਦੇ ਨੇ ਫਿਰ ਪੰਜਾਂ ਤਤਾਂ ਨੂੰ ਇਕੱਠਾ ਕੀਤਾ ਇੱਕ ਲਾਈਟ ਹੋਰ ਨਜ਼ਰ ਆਈ ਉਹਨੂੰ ਚਿਤ੍ਰਗੁਪਤ ਇਸੀ ਤਰ੍ਹਾਂ ਫਿਰ ਇਕੱਠਾ ਕੀਤਾ ਉਹਨੂੰ ਕਾਲ ਇਹ ਇੱਕ ਫੈਮਿਲੀ ਤਿਆਰ ਕੀਤੀ ਸੁਖਮ ਫੈਮਿਲੀ ਮਾਲਕ ਨੇ ਕੀ ਤਿਆਰ ਕੀਤਾ ਜੀ ਆਪ ਦਾ ਇੱਕ ਸੁਖਮ ਪਰਿਵਾਰ ਤਿਆਰ ਕੀਤਾ ਹੈਗਾ ਪਰ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ ਕਿਉਂ ਨਹੀਂ ਦਿਸਦਾ ਕਿਉਂਕਿ ਜਦੋਂ ਤੋਂ ਅਸੀਂ ਪੈਦਾ ਹੋਏ ਆਂ ਤੇ ਜਦੋਂ ਤੋਂ ਸਾਡੀ ਅੱਖ ਨੇ ਦੇਖਣਾ ਸ਼ੁਰੂ ਕੀਤਾ ਹੈ ਅਸੀਂ ਦੇਖਣ ਵਾਲੀਆਂ ਚੀਜ਼ਾਂ ਨੂੰ ਸਰਗੁਣ ਕਹਿੰਦੇ ਨੇ ਦ੍ਰਿਸ਼ਟਮਾਨ ਕਹਿੰਦੇ ਨੇ ਉਹਨੂੰ ਦੇਖਣ ਦੇ ਅਸੀਂ ਆਦੀ ਹੋ ਗਏ ਉਹਨੂੰ ਦੇਖਣ ਤੋਂ ਪਹਿਲਾਂ ਇਹਨੂੰ ਨਹੀਂ ਦੇਖਿਆ ਆ ਖਾਲੀ ਖਲਾਣ ਨੂੰ ਨਹੀਂ ਦੇਖਿਆ ਸਪੇਸ ਨੂੰ ਮੰਨਿਆ ਹੀ ਨਹੀਂ ਕਦੀ ਆਪਾਂ ਹਾਂਜੀ ਇਹਦੇ ਵਿੱਚ ਹੀ ਆਪਾਂ ਮੱਲਾ ਮਾਰੀਆਂ ਨੇ ਮੇਰੀ ਪਹਿਲੀ ਇੰਨੀ ਆ ਮੇਰੇ ਕੋਲ ਇੰਨੇ ਕਿਲਾ ਹੈ ਮੇਰੇ ਕੋਲ ਆ ਬਿਲਕੁਲ ਇਹਦੇ ਵਿੱਚ ਹੀ ਆਪਾਂ ਤੁਰੇ ਫਿਰਦੇ ਆਂ ਇਹਦੀ ਜੀ ਗੱਡੀਆਂ ਚੱਲਦੀਆਂ ਨੇ ਪਰ ਇਹਨੂੰ ਕਦੀ ਮੰਨਿਆ ਹੀ ਨਹੀਂ ਇਹਨੂੰ ਕਦੀ ਦੇਖਿਆ ਹੀ ਨਹੀਂ ਇਹਨੂੰ ਕਦੀ ਮਹਿਸੂਸ ਹੀ ਨਹੀਂ ਕੀਤਾ ਵੀ ਇਹ ਵੀ ਕੁਝ ਹੈਗਾ ਇਹਦੇ ਵਿੱਚ ਜਦੋਂ ਬਿਲਡਿੰਗ ਖੜੀ ਕਰਦੇ ਨੇ ਦੇਖੋ ਮਕਾਨ ਦਿਸਣ ਲੱਗ ਜਾਂਦਾ ਉਹ ਦੁਪਹਿਲਾ ਕੋਈ ਨਹੀਂ ਦੇਖਦਾ ਕੱਲੀ ਜ਼ਮੀਨ ਹੀ ਦਿਖਦੀ ਹੈ ਨਾ ਲੇਕਿਨ ਇਹਨੂੰ ਦੇਖਣ ਤੋਂ ਪਹਿਲਾਂ ਇੱਥੇ ਆਪਾਂ ਜਦੋਂ ਸਪੇਸ ਨੂੰ ਦੇਖਣ ਦੇ ਲਈ ਅੱਖ ਬਣਾ ਲਾਂਗੇ ਫਿਰ ਇਹ ਦਿਸਦਾ ਸਤਿਗੁਰੂ ਨੂੰ ਸਭ ਕੁਝ ਦੇਖਦਾ ਜੇਤਾ ਜਗ ਸੰਸਾਰ ਕਹਿੰਦੇ ਡਿਠੇ ਮੁਕਤ ਨਾ ਹੋਵੀ ਜੇ ਚਰਨ ਸ਼ਬਦ ਨਾ ਕਰੇ ਵਿਚਾਰ ਕਹਿੰਦੇ ਦੇਖਣ ਨਾਲ ਮੁਕਤੀ ਨਹੀਂ ਉਹਨੇ ਜਿੰਨੀਦਰ ਵਿਚਾਰ ਨਹੀਂ ਕਰਦੇ ਵਿਚਾਰ ਕਰਾਂਗੇ ਤਾਂ ਵਿਸ਼ਵਾਸ ਬਣੇਗਾ ਕੀ ਬਣੇਗਾ ਜੀ ਭਰੋਸਾ ਬਣੇਗਾ ਜਿੰਨੇ ਵਿਚਾਰ ਕਰਕੇ ਆਪਣਾ ਭਰੋਸਾ ਬਣਾ ਕੇ ਵਿਸ਼ਵਾਸ ਕੀਤਾ ਤੇ ਦੇਖਿਆ ਉਹ ਪਹਿਲਾਂ ਸਾਨੂੰ ਵਿਚਾਰਾਂ ਦੁਆਰਾ ਗੁਰਬਾਣੀ ਗੁਰੂ ਨੂੰ ਅੱਗੇ ਰੱਖ ਕੇ ਸਮਝਾਏਗਾ ਵੀ ਆਹ ਦੇਖੋ ਇਸ ਤਰ੍ਹਾਂ ਦਾ ਹੁਣ ਗੁਰਮੂ ਪਿਆਰਿਓ ਦ੍ਰਿਸ਼ਮਾਨ ਨੂੰ ਦੇਖਣ ਦੇ ਆਦੀ ਹੋਣ ਕਰਕੇ ਅਸੀਂ ਇਹਨੂੰ ਨਹੀਂ ਦੇਖਿਆ ਮਾਲਕ ਨੂੰ ਨਹੀਂ ਦੇਖਿਆ ਇਹਦੇ ਵਿੱਚ ਮਾਲਕ ਹੈ ਤੇ ਇਹਦੇ ਵਿੱਚ ਇੱਕ ਦ੍ਰਿਸ਼ਮਾਨ ਮਾਇਆ ਦ੍ਰਿਸ਼ਮਨ ਮਾਇਆ ਕਿਹੜੀ ਆ ਆ ਬਿਲਡਿੰਗਾਂ ਆ ਕੱਪੜਾ ਜੋ ਦੁਨੀਆ ਦੇ ਚੰਦਰਮਾ ਤਾਰੇ ਦਿਸਦਾ ਇਹ ਸਾਰੀ ਕਿਹੜੀ ਆ ਜੀ ਦ੍ਰਿਸ਼ਮਨ ਮਾਇਆ ਤੇ ਇਹਦਾ ਦ੍ਰਿਸ਼ਮਨ ਮਾਇਆ ਦਾ ਮੁਖੀ ਕੌਣਾ ਕਾਲ ਕੌਣਾ ਜੀ ਕਾਲ ਮਾਰੇ ਗੁਰਬਾਣੀ ਲੈਦੇ ਨੇ ਕਹਿੰਦੇ ਖੰਡ ਪਤਾਲ ਦੀਪ ਸਭ ਲੋਹਾ ਕਾਲੇ ਕੇ ਵਸ ਆਪ ਪ੍ਰਭ ਕੀਆ ਪਰਮਾਤਮਾ ਨੇ ਆਪ ਕਾਲ ਦੇ ਵਾਸ ਕੀਤਾ ਇਹ ਸਾਰਾ ਖੰਡ ਪਤਾਲ ਦੀਪ ਸਭ ਲੋਹਾ ਬਲਕਿ ਚੰਦਰਮਾ ਤਾਰੇ ਸਾਰਾ ਕੁਝ ਸੂਰਜ ਇਹ ਸਾਰਾ ਕਾਲ ਦੇ ਵਾਸ ਕੀਤਾ ਲੇਕਿਨ ਇਹ ਦ੍ਰਿਸ਼ਮਨ ਮਾਇਆ ਦਾ ਜਿਹੜਾ ਮੁੱਢ ਹੈ ਕੀ ਹੈ ਜੀ ਮੂਲ ਇੱਕ ਮਨ ਦਾ ਮੂਲ ਇੱਕ ਮਾਇਆ ਦ੍ਰਿਸ਼ਮਨ ਮਾਇਆ ਦਾ ਮੂਲ ਇੱਕ ਸੂਖਮ ਮਾਇਆ ਦਾ ਮੂਲ ਇਹ ਦ੍ਰਿਸ਼ਮਨ ਮਾਇਆ ਦਾ ਜਿਹੜਾ ਮੂਲ ਹੈ ਉਹ ਹੈ ਸਾਡਾ ਖੁਦ ਦਾ ਸਰੀਰ ਦ੍ਰਿਸ਼ਟਮਨ ਮਾਇਆ ਕਿੱਥੋਂ ਸ਼ੁਰੂ ਹੁੰਦੀ ਹੈ ਜੀ ਆਪਣੇ ਸਰੀਰ ਤੋਂ ਕਿਉਂਕਿ ਆਪਣਾ ਸਰੀਰ ਦਿਸਦਾ ਦੂਸਰੇ ਦਾ ਸਰੀਰ ਦਿਸਦਾ ਇੱਥੋਂ ਸ਼ੁਰੂ ਹੁੰਦੀ ਦ੍ਰਿਸ਼ਟਮਨ ਮਾਇਆ ਆਪਣੀ ਬਾਡੀ ਤੋਂ ਤੇ ਮਹਾਰਾਜ ਗੁਰਬਾਣੀ ਲਿਖਦੇ ਨੇ ਕਹਿੰਦੇ ਇਹ ਸਰੀਰ ਸਭ ਮੂਲ ਹੈ ਮਾਇਆ ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਏ ਪਰਮ ਭਲਾਇਆ ਪਰਮ ਵਿੱਚ ਪਾ ਦਿੱਤਾ ਕਿ ਤੁਸੀਂ ਸਰੀਰ ਸਮਝੋ ਅਸੀਂ ਸਰੀਰ ਨਹੀਂ ਹਾਂ ਅਸੀਂ ਇੱਕ ਚਾਨਣ ਹਾਂ ਕੀ ਹੈ ਜੀ ਚਾਨਣ ਇੱਕ ਲਾਈਟ ਹਾਂ ਆਪਾਂ ਉਹ ਲਾਈਟ ਉਹ ਚਾਨਣ ਬਾਰੇ ਆਪਾਂ ਗੁਰਬਾਣੀ ਵਿੱਚ ਸਾਰੇ ਪੜ੍ਹਦੇ ਆ ਸਭ ਨਿਜੋਰਤ ਜੋਤ ਹੈ ਸੂਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਤੇ ਜਿਹੜਾ ਸਾਡਾ ਮਨ ਹੈ ਸੁਰਤੀ ਰੂਪ ਇਹ ਵੀ ਚਾਨਣ ਹੈ ਤੇ ਮਾਲਕ ਵੀ ਚਾਨਣ ਹੈ ਬੜੀਆਂ ਸੋਹਣੀਆਂ ਕਿਸੇ ਨੇ ਦੋ ਲਾਈਨਾਂ ਲਿਖੀਆਂ ਨੇ ਇਹ ਗੁਰਬਾਣੀ 'ਚ ਨਹੀਂ ਹੈਗੀਆਂ ਲੇਕਿਨ ਬਾਹਰ ਉਹਦੇ ਵਿੱਚ ਦੱਸਿਆ ਗਿਆ ਵੀ ਸੁਰਤੀ ਕਹਿੰਦੀ ਮੈਂ ਚਾਨਣ ਦੀ ਚਾਨਣ ਮੇਰਾ ਕੀ ਕਹਿੰਦੇ ਮੈਂ ਚਾਨਣ ਦੀ ਚਾਨਣ ਮੇਰਾ ਚਾਨਣ ਵਿੱਚ ਮੇਰਾ ਵਸਾ ਕਿੱਥੇ ਵਸਾ ਮੰਨਦਾ ਚਾਨਣ ਵਿੱਚ ਪ੍ਰਕਾਸ਼ ਵਿੱਚ ਕਦੀ ਇੱਥੇ ਚਾਨਣ ਵੇਖਿਆ ਹੀ ਨਹੀਂ ਆਪਾਂ ਤੇ ਗੁਰਮੁਖ ਇੱਥੇ ਜਦੋਂ ਅਮਰਦੀ ਦਾਤ ਦਿੰਦੇ ਨੇ ਉਹ ਪੰਜ ਪਿਆਰੇ ਉਹ ਦਿਖਾਉਂਦੇ ਨੇ ਵੀ ਆਹ ਦੇਖ ਐਸਾਂ ਦਿਸਦਾ ਨੇੜੇ ਦਿਸਦਾ ਅੱਖਾਂ ਬੰਦ ਕਰਨ ਤੋਂ ਪਹਿਲਾਂ ਦੇਖਦਾ ਅੱਖਾਂ ਖੋਲਣਸਾਰ ਦਿਸਦਾ ਇੰਨਾ ਨੇੜੇ ਸਾਡਾ ਮਾਲਕ ਕਿਉਂਕਿ ਅੱਖਾਂ ਦੇ ਵਿੱਚ ਕੌਣ ਹੈ ਮਨ ਨੇਤਰਾਂ ਚ ਕੌਣ ਹੈ ਜੀ ਮਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੇ ਜੋਤ ਕਿੱਥੇ ਹੈ ਨੇਤਰਾਂ ਚ ਇਹ ਨੇਤਰੋ ਮੇਰੇ ਉਹ ਹਰ ਤੋਂ ਮੈਂ ਜੋਤ ਤਰੀ ਹਰ ਬਿਨਵਰਨਾ ਦੇਖਿਓ ਕੋ ਹੁਣ ਦੱਸ ਦਿੱਤਾ ਆਪਾਂ ਨੂੰ ਵੀ ਉਹ ਮਾਲਕ ਨੂੰ ਤੇ ਨਾਮ ਨੂੰ ਸ਼ਬਦਾਂ ਦੇ ਵਿੱਚ ਵਿਖਾ ਦਿੱਤਾ ਬੀਓ ਸ਼ੀਸ਼ੇ ਵਰਗਾ ਪਰ ਪਰ ਦੇਖਿਆ ਤਾਂ ਨਹੀਂ ਪੜ ਲਿਆ ਆਪਾਂ ਸੋ ਤੁਮਹੀ ਮੈਂ ਬਸੇ ਨਿਰੰਤਰ ਨਾਨਕ ਦਰਪਣ ਨਿਆਈ ਦਰਪਣ ਸ਼ੀਸ਼ੇ ਨੂੰ ਕਹਿੰਦੇ ਨੇ ਪੜ ਲਿਆ ਪਰ ਦੇਖਿਆ ਨਹੀਂ ਜਦੋਂ ਦੇਖਾਂਗੇ ਗੱਲ ਤਾਂ ਉਦੋਂ ਹੀ ਬਣੇਗੀ ਨਾ ਜੇ ਦੇਖਾਂ ਤਾਂ ਗਾਵਾਂ ਜੇ ਦੇਖਾਂਗੇ ਤਾਂ ਉਹਨੂੰ ਗਾ ਸਕਦੇ ਆ ਤੇ ਜੇ ਉਹਨੂੰ ਦੇਖਿਆ ਹੀ ਨਹੀਂ ਤਾਂ ਫਿਰ ਉਹਨੂੰ ਨਹੀਂ ਗਾਵਾਂਗੇ ਕਿਨੂੰ ਗਾਵਾਂਗੇ ਕਾਲ ਨੂੰ ਗਾਵਾਂਗੇ ਇਹਨ ਜਿਨ੍ਹਾਂ ਨੇ ਦੇਖਿਆ ਉਹ ਗਾਉਂਦੇ ਹੀ ਉਹਨਾਂ ਨੇ ਹੋਰ ਦੂਸਰੇ ਨੂੰ ਗਾ ਹੀ ਨਹੀਂ ਸਕਦੇ ਉਹ ਕਿ ਉਹਨਾਂ ਦਾ ਪਿਆਰ ਹੀ ਇੰਨਾ ਬਣ ਗਿਆ ਵੀ ਇੰਨੇ ਚਿਰ ਦੇ ਵਿਛੜੇ ਮਸਾ ਤਾਂ ਮਿਲੇ ਆ ਵੀ ਹੁਣ ਇਹਦੇ ਤੋਂ ਬਿਨਾ ਤਾਂ ਕਿਸੇ ਨੂੰ ਗਾਉਣਾ ਨਹੀਂ ਤੇ ਹੁਣ ਗਰਮੋ ਪਿਆਰਿਓ ਜੋ ਮਾਲਕ ਹੈ ਜਰੇ ਜਰੇ ਵਿੱਚ ਕਣ ਕਣ ਵਿੱਚ ਤੂੰ ਕਰਤਾ ਪੁਰਖ ਗੰਮ ਹੈ ਰਮਿਆ ਸਭ ਠਾਈ ਵੀ ਸੱਚੇ ਪਾਛਾ ਤੂੰ ਕਰਤਾ ਪੁਰਖ ਹਰ ਜਗ੍ਹਾ ਤੇ ਰਮਿਆ ਆ ਕਿਹੜੀ ਜਗ੍ਹਾ ਜਿੱਥੇ ਤੂੰ ਹੈ ਨਹੀਂ ਇਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਸਰਬ ਵਿਆਪੀ ਮਤਲਬ ਕਿ ਹਰ ਜਗ੍ਹਾ ਮੌਜੂਦ ਤੇ ਦੇਖਾਂਗੇ ਤਾਂ ਜੇ ਅੱਖ ਬਣੇਗੀ ਜੇ ਅੱਖ ਬਣੇਗੀ ਇਹਨਾਂ ਅੱਖਾਂ ਦੇ ਵਿੱਚੋਂ ਜਦੋਂ ਮਨ ਦੀ ਜੋਤ ਦਾ ਇਸਤੇਮਾਲ ਕਰਾਂਗੇ ਫਿਰ ਦਿਖਾਈ ਦੇਗਾ ਇਹਨਾਂ ਨੇਤਰਾਂ ਦੇ ਵਿੱਚੋਂ ਜਿਹੜੀ ਮਨ ਦੀ ਜੋਤ ਰੱਖੀ ਹੋਈ ਹੈ ਨਾ ਉਹਦਾ ਇਸਤੇਮਾਲ ਨਹੀਂ ਆਪਾਂ ਕਰਦੇ ਜਦੋਂ ਉਹਦਾ ਇਸਤੇਮਾਲ ਕਰਾਂਗੇ ਦੋ ਨੇਤਰਾਂ ਤੋਂ ਇੱਕ ਨੇਤਰ ਬਣੇਗਾ ਫੇਰ ਉਹ ਦਿਖਾਈ ਦੇਗਾ ਤੇ ਹੁਣ ਗਰਮੋ ਪਿਆਰਿਓ ਇਹ ਜੋ ਨਾਮ ਹੈ ਨਾਮ ਦਾ ਵੀ ਕੋਈ ਰੂਪ ਰੰਗ ਨਹੀਂ ਹੈ ਤੇ ਸ਼ਬਦਾਂ ਦੇ ਵਿੱਚ ਨਾਮ ਦਾ ਵੀ ਭੇਦ ਦਿੱਤਾ ਵੀ ਕਿਸਰਾਂ ਦੀ ਆਵਾਜ਼ ਆ ਉਹ ਦੱਸ ਦਿੱਤੀ ਕਹਿੰਦੇ ਜਿਵੇਂ ਬੀਨ ਵਜਾਈਏ ਜਿਵੇਂ ਬੀਨ ਵਜਾਈਏ ਇਸ ਤਰ੍ਹਾਂ ਦੀ ਆਵਾਜ਼ ਜਿਵੇਂ ਸ਼ੰਖ ਵਜਾਈਏ ਇਸ ਤਰ੍ਹਾਂ ਦੀ ਆਵਾਜ਼ ਜਿਵੇਂ ਕਢਿਆਲ ਵਜਾਈਏ ਇਸ ਤਰ੍ਹਾਂ ਦੀ ਆਵਾਜ਼ ਹਨੀ ਜਿਵੇਂ ਕੰਗਰੂਸ਼ਣ ਕਾਈਏ ਇਸ ਤਰ੍ਹਾਂ ਦੀ ਆਵਾਜ਼ ਤਪਲਾ ਵਜਾਈਏ ਇਸ ਤਰ੍ਹਾਂ ਦੀ ਆਵਾਜ਼ ਰਬਾਬ ਵਜਾਈਏ ਇਸ ਤਰ੍ਹਾਂ ਦੀ ਆਵਾਜ਼ ਬੰਸਰੀ ਵਜਾਈਏ ਇਸ ਤਰ੍ਹਾਂ ਦੀ ਆਵਾਜ਼ ਕਿੰਗਰੀ ਵਜਾਈਏ ਇਸ ਤਰ੍ਹਾਂ ਦੀ ਆਵਾਜ਼ ਹਾਂਜੀ ਨਗਾਰਾ ਵਜਾਈਏ ਉਸ ਤਰ੍ਹਾਂ ਦੀ ਆਵਾਜ਼ 사ઉન્ડ ਟੈਪ ਕਿਸ ਰੂਪ ਚਾ ਜੀ ਲਿਖਣ ਪੜਨ ਵਿੱਚ ਨਹੀਂ ਆਉਂਦੀ ਉਹ 뮤직 ਦੀ ਕੋਈ 사ઉન્ડ ਜਿਵੇਂ ਬੰਸਰੀ ਦੀ 사ઉન્ડ ਤਪਲੇ ਦੀ 사ઉન્ડ ਸੌਂਡਰ ਤੇਪ ਆਵਾਜ਼ ਆਉਂਦੀ ਹੈ ਤੇ ਉਹਨੂੰ ਅਸੀਂ ਜਦੋਂ ਸੁਣਦੇ ਆਂ ਪੜ੍ਹ ਲਿਆ ਪਰ ਉਹਨੂੰ ਸੁਣਿਆ ਨਹੀਂ ਜਦੋਂ ਸੁਣਾਗੇ ਗੱਲ ਫਿਰ ਬਣਨੀ ਹੈ ਤੇ ਜਿਨ੍ਹਾਂ ਨੇ ਮਾਲਕ ਨੂੰ ਸੁਣਿਆ ਜਿਨ੍ਹਾਂ ਨੇ ਮਾਲਕ ਨੂੰ ਮਾਲਕ ਦੀ ਆਵਾਜ਼ ਸੁਣੀ ਤੇ ਜਿਨ੍ਹਾਂ ਨੇ ਮਾਲਕ ਨੂੰ ਦੇਖ ਲਿਆ ਤੇ ਯਕੀਨ ਆ ਗਿਆ ਗੁਰਬਾਣੀ ਗੁਰੂ ਦੇ ਮੁਤਾਬਕ ਕਹਿੰਦੇ ਫਿਰ ਉਹ ਗਰਭਜੂਨ ਚ ਨਹੀਂ ਆਉਣਗੇ ਉਹ ਗਰਬ ਜੁੰ ਜੁ ਫਿਰ ਮਹਾਰਾਜ ਦੀ ਬਾਣੀ ਚ ਕੀ ਲਿਖਿਆ ਕਹਿੰਦੇ ਗੁਰ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਬਾਸਨ ਪਰਿਓ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੜਦੇ ਆ ਨਾਨਕ ਲਿਖੇ ਇੱਕ ਗੱਲ ਹੋਰ ਹਉਮੈ ਚਖਣਾ ਚਾਰ ਹੁਣ ਬਾਣੀ ਆਪਾਂ ਸਾਰੇ ਪੜਦੇ ਹਜੇ ਤੱਕ ਕਿ ਆਪਾਂ বুঝਿਆ ਨਹੀਂ ਲੱਭਿਆ ਨਹੀਂ ਵੀ ਉਹ ਇੱਕ ਗੱਲ ਕਿਹੜੀ ਹੈ ਬੜੀ ਨੰ ਬਾਣੀ ਦੇ ਵਿੱਚ ਹੀ ਬੜਿਆ ਨਾ ਕਦੀ ਆਪਸ ਵਿੱਚ ਬੈਠ ਕੇ ਡਿਸਕਸ ਕਰੀਏ ਆਪਸ ਵਿੱਚ ਬੈਠ ਕੇ ਪਿਆਰ ਦੇ ਨਾਲ ਬਹਿਸ਼ ਨਹੀਂ ਕਰਨੀ ਵਿਚਾਰ ਕਰਨੇ ਆ ਕੁਝ ਸੁਣਨਾ ਕੁਝ ਸੁਣਾਉਣਾ ਉਹਨੂੰ ਡਿਸਕਸ ਕਹਦੇ ਆਪਾਂ ਵਿਚਾਰ ਕਰਦੇ ਆ ਪਿਆਰ ਨਾਲ ਨਿਮਰਤਾ ਦੇ ਨਾਲ ਤੇ ਵਿਚਾਰ ਕਰਕੇ ਆਪਾਂ ਕਦੀ ਇਹ ਜਾਣਕਾਰੀ ਨਹੀਂ ਲਈ ਵੀ ਉਹ ਇੱਕ ਗੱਲ ਕਿਹੜੀ ਆ ਆਪਾਂ ਕਦੀ ਜਾਣਕਾਰੀ ਲਈ ਨਹੀਂ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁਤ ਜਨਮਨਾ ਉਹ ਇੱਕ ਸ਼ਬਦ ਕਿਹੜਾ ਹੁਣ 1430 ਅੰਗ ਅੰਗ ਨਿਹ ਮਹਾਰਾਜ ਦੀ ਬਾਣੀ ਦੇ ਲੇਕਿਨ ਉਹਨਾਂ ਦੇ ਵਿੱਚ ਕਿੰਨੇ ਸ਼ਬਦ ਨੇ ਤੂੰ ਕਿਹੜਾ ਸ਼ਬਦ ਆ ਜਿਹਨੂੰ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁਤ ਜਨਮਨਾ ਜੀਆਂ ਅੰਦਰ ਜਿਓ ਸ਼ਬਦ ਹੈ ਜੀਆਂ ਅੰਦਰ ਜਿਓ ਸ਼ਬਦ ਹੈ ਜਿਤ ਸਹਿਮ ਿਲਾਵਾ ਹੋਏ ਸਭ ਇੱਕੋ ਸ਼ਬਦ ਵਰਤਦਾ ਉਹ ਕਿਹੜਾ ਸ਼ਬਦ ਆ ਕਦੀ ਡਿਸਕਸ ਕੀਤੀ ਨਹੀਂ ਕਿਉਂਕਿ ਗਏ ਮਹਾਰਾਜ ਜੀ ਦੇ ਕੋਲੇ ਗਏ ਨਮਸਕਾਰ ਕੀਤੀ ਮੁੜ ਕੇ ਵਿਚਾਰਿਆ ਨਹੀਂ ਬਾਣੀ ਨੂੰ ਵਿਚਾਰਿਆ ਨਹੀਂ ਫਿਰ ਇਧਰ ਲੀ ਉਧਰ ਲੀ ਗੱਲਾਂ ਕਰਨ ਲੱਗ ਗਏ ਹਾਂਜੀ ਕਿੰਨਾ ਝਾੜ ਨਿਕਲਿਆ ਜੀ ਫਿਰ ਕਿਵੇਂ ਘਾਟਾ ਪਿਆ ਕਿ ਨਫਾ ਹੋਇਆ ਕੀ ਬਣਿਆ ਆਹੀ ਗੱਲਾਂ ਸੱਤਰ ਤੇ ਬੈਠੇ ਹੁੰਨੇ ਉੱਥੇ ਵੀ ਇਹੀ ਗੱਲਾਂ 2 ਕੁ ਮਿੰਟ ਬੈਠਿਆ ਹਾਂਜੀ ਬੜਾ ਮਾੜਾ ਹੋਇਆ ਜੀ ਐਵੇਂ ਮੁੜ ਕੇ ਫੇਰ ਦੇ ਕਦੀ ਵਿਚਾਰਿਆ ਵੀ ਮਰਿਆ ਕੌਣ ਕਦੀ ਨਹੀਂ ਵਿਚਾਰਿਆ ਦੇਹੀ ਮਾਟੀ ਬੋਲੇ ਪੌਣ 부ਜਰੇ ਗਿਆਨੀ ਮੂਆ ਹੈ ਕੌਣ ਕਦੀ ਵਿਚਾਰਿਆ ਮਰਿਆ ਕੌਣ ਹਾਂਜੀ ਕਹਿੰਦੇ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਿਆ ਕਹਿੰਦੇ ਮਰਿਆ ਕੌਣ ਉਹ ਤਾਂ ਚਲਾ ਗਿਆ ਮਨ ਤਾਂ ਮਰਦਾ ਹੀ ਨਹੀਂ ਮਨ ਤਾਂ ਇੱਛਾ ਦੇ ਮੁਤਾਬਕ ਉਹ ਦੂਸਰੀ ਜੁਨ ਵਿੱਚ ਚਲਾ ਮਾਲਕ ਨੂੰ ਭੇਜ ਦਿੰਦੇ ਨੇ ਜੇ ਜ਼ਿਆਦਾ ਇੱਛਾ ਆਪਾਂ ਪੈਸਿਆਂ ਦੀ ਰੱਖਾਂਗੇ ਧਨ ਦੌਲਤ ਦੀ ਰੱਖਾਂਗੇ ਤਾਂ ਸੱਬ ਦੀ ਬਾਡੀ 'ਚ ਸੱਬ ਦੀ ਜਿਹੜੀ ਸਰੀਰ ਵਿੱਚ ਭੇਜ ਦੇ ਦਿੰਗੇ ਤੇ ਜੇ ਪੈ ਧਿਆਨ ਰੱਖਾਂਗੇ ਜ਼ਿਆਦਾ ਬੱਚਿਆਂ ਬਾਰੇ ਸੋਚੀ ਜਾਵਾਂਗੇ ਤੇ ਸੂਰ ਦੀ ਬਾਡੀ 'ਚ ਭੇਜ ਦੇਣਗੇ ਤੇ ਜੇ ਘਰ ਬਣਾ ਲੈ ਲੋਕ ਘਰਾਂ ਬਾਰੇ ਸੋਚੀ ਜਾਂਦੇ ਹੁਣ ਇੱਥੋਂ ਤੋੜ ਕੇ ਆ ਪੈਸੇ ਆ ਗਏ ਜ਼ਿਆਦਾ ਇੱਥੋਂ ਐ ਨਹੀਂ ਕਰ ਲਈਏ ਇੱਥੋਂ ਐ ਨਹੀਂ ਕਰ ਲਈਏ ਸੁਰਤਕੇਂਦਰ ਰਈ ਮਕਾਨਾਂ 'ਚ ਇਹ ਇਧਰੋਂ ਫਿਰ ਕਿਹੜੀ ਜੁਨ ਚ ਪਾ ਦਿੱਤਾ ਪ੍ਰੇਤ ਦੀ ਜੁਨ ਚ ਚਲੇ ਗਏ ਮਨ ਉਹੀ ਹੈ ਮਨ ਨਹੀਂ ਮਰਦਾ ਮਨ ਜੋਤ ਸਰੂਪ ਉਹੀ ਹੈ ਜੋ ਤੂੰ ਹਾ ਜੁਗਤ ਸਾਇਸ ਸੈਂ ਕਾਇਆ ਫਿਰ ਪਲਦੀਏ ਕਾਇਆ ਉਪਰਲੀ ਬੋਡੀ ਬਦਲ ਦਿੱਤੀ ਜਾਂਦੀ ਹੈ ਲੇਕਿਨ ਜੋਤ ਉਹੀ ਰਹਿੰਦੀ ਹੈ ਇਸ ਕਰਕੇ ਬੜਾ ਡੂੰਘਾ ਗਿਆਨ ਹੈ ਮਹਾਰਾਜ ਦੀ ਬਾਣੀ ਗੁਰੂ ਦਾ ਇਹਨੂੰ ਬੜੇ ਪਿਆਰ ਦੇ ਨਾਲ ਸਮਾਂ ਕੱਢ ਕੇ ਸਮਾਂ ਕੱਢ ਕੇ ਜਿਵੇਂ ਤੁਸੀਂ ਸਾਰੇ ਕੋਈ ਨੌਕਰੀ ਕਰਦਾ ਹੋਏਗਾ ਕੋਈ ਖੇਤੀ ਕਰਦਾ ਹੋਏਗਾ ਕੋਈ ਦੁਕਾਨ ਕਰਦਾ ਹੋਏਗਾ ਕੋਈ ਬਿਜ਼ਨਸ ਕਰਦਾ ਹੋਏਗਾ ਸਾਰੇ ਜਾਣੇ ਕੀ ਕਰਦੇ ਆ ਜੀ ਪੈਸੇ ਕਮਾਉਂਦੇ ਕਈਆਂ ਨੂੰ ਨੌਕਰੀ ਕਰਦੇ ਨੇ ਤਨਖਾਹ ਮਿਲਦੀ ਹੈ ਖੇਤੀਬਾੜੀ ਕਰਕੇ ਚਾਰ ਪੈਸੇ ਵਜਦੇ ਨੇ ਉਹ ਆਪਾਂ ਕਿੱਥੇ ਖਰਚ ਕਰਦੇ ਆ ਆਪਦੇ ਧਨ ਵਾਸਤੇ ਆਪਦੇ ਪਰਿਵਾਰ ਦੇ ਧਨ ਵਾਸਤੇ ਉਹ ਪੈਸੇ ਜੇਬ ਦੇ ਵਿੱਚ ਪਾ ਕੇ ਜਾਂਦੇ ਆ ਸ਼ਹਿਰ ਜਾਂਦੇ ਆ ਕਰੀਆਨਾ ਲੈਣੇ ਆ ਹੋਰ ਚੀਜ਼ਾਂ ਲੈਣੇ ਆ ਉਹਨੂੰ ਕਹਿੰਦੇ ਕਿੰਨਾ ਬਿੱਲ ਬਣਿਆ ਕਿੰਨੇ ਪੈਸੇ ਬਣੇ ਉਹ ਕਹਿੰਦਾ ਇੰਨੇ ਬਣੇ ਉੱਥੇ ਆਪਾਂ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਦਿੱਤੇ ਤੇ ਉਹ ਸੌਦਾ ਲਿਆਂ ਤੇ ਕਰਿਆ ਗਿਆ ਬਿਨਾ ਪੈਸੇ ਤੋਂ ਕੋਈ ਸੌਦਾ ਦਿੰਦਾ ਜੀ ਨਹੀਂ ਨਾ ਦਿੰਦਾ ਉਹ ਗੱਲ ਵੱਖਰੀ ਹੈ ਜਿਹੜੀਆਂ ਬਣੀਆਂ ਹੋਈਆਂ ਨੇ ਸੰਸਥਾਵਾਂ ਇਹ ਸੇਵਾ ਕਰ ਦਿੰਦੀਆਂ ਨੇ ਉਹ ਵੀ ਲੋੜਵੰਦ ਨੂੰ ਪਰ ਬਿਨਾ ਪੈਸਿਆਂ ਤੋਂ ਸੌਦਾ ਕੋਈ ਨਹੀਂ ਦਿੰਦਾ ਹੁਣ ਇਹ ਜਿਹੜੇ ਪੈਸੇ ਨੇ ਆਪਾਂ ਕਮਾਉਨੇ ਆ ਇਹ ਤਾਂ ਇੱਥੇ ਹੀ ਕੰਮ ਆਉਂਦੇ ਆ ਨਾ ਜਿੰਨੀ ਦੇਰ ਸਰੀਰ ਵਿੱਚ ਹੈਗੇ ਆ ਜਿੰਨੀ ਦੇਰ ਸਰੀਰ ਵਿੱਚ ਹੈਗੇ ਆ ਕੱਪੜਾ ਪਸੰਦ ਆਉਂਦਾ ਕੋਈ ਕੱਪੜਾ ਲੈ ਆਉਨੇ ਆ ਪੈਸੇ ਦਿੰਨੇ ਆ ਕੱਪੜਾ ਲੈ ਆਉਨੇ ਆ ਜੋੜਾ ਲੈ ਆਉਨੇ ਆ ਰਾਸ਼ਨ ਲੈ ਆਉਨੇ ਆ ਮਕਾਨ ਬਣਾਉਨੇ ਆ ਸਰੀਆ ਸੀਮਿੰਟ ਲੈ ਆਉਨੇ ਆ ਪੈਸੇ ਦਿੰਨੇ ਆ ਤੇ ਲੈ ਆਉਨੇ ਆ ਜਦੋਂ ਮਨ ਨੇ ਇਸਤਾਨ ਨੂੰ ਛੱਡਣਾ ਹੈ ਇਹ ਪੈਸੇ ਕੰਮ ਆਉਣਗੇ ਕਿਉਂਕਿ ਤਨ ਵਾਸਤੇ ਸੀ ਨਾ ਇਹ ਤੇ ਹੁਣ ਮਨ ਨੇ ਜਦੋਂ ਸਰੀਰ ਛੱਡਣਾ ਇਹ ਲੋਕ ਵਿੱਚ ਮਾਇਆ ਚੱਲਦੀ ਹੈ ਇਹ ਕਿੱਥੇ ਚੱਲਦੀ ਹੈ ਜੀ ਲੋਕ ਦੇ ਵਿੱਚ ਪਰ ਲੋਕ ਚੋ ਇਹ ਮਾਇਆ ਨਹੀਂ ਚੱਲਦੀ ਹੁਣ ਜਿਹੜੀ ਪਰਲੋਕ ਦੇ ਵਿੱਚ ਪੈਸੇ ਚੱਲਦੇ ਨੇ ਉਹ ਕਿਹੜੇ ਚੱਲਦੇ ਨੇ ਉਹ ਨਾਮ ਧਨ ਚੱਲਦਾ ਹੈ ਕੀ ਚੱਲਦਾ ਹੈ ਜੀ ਨਾਮ ਧਨ ਜੇ ਸਾਡੇ ਕੋਲੇ ਖਜ਼ਾਨਾ ਹੋਏਗਾ ਜਮਾ ਤਾਂ ਉੱਥੇ ਜੋ ਮਰਜ਼ੀ ਲੈ ਸਕਦੇ ਸੀ ਹੁਣ ਸਾਰੇ ਜਣੇ ਆਪਾਂ ਸੋਚੀਏ ਵੀ ਨਾਮ ਧਨ ਤੁਸੀਂ ਇਹ ਸੌਦਾ ਲੈਣਾ ਨਾਮ ਰੂਪੀ ਸੌਦਾ ਲੈਣਾ ਇਹਦੇ ਸੌਦਾ ਲੈਣ ਵਾਸਤੇ ਵੀ ਪੈਸੇ ਦੇਣੇ ਪੈਣਗੇ ਤੇ ਸੋਚੋ ਫਿਰ ਇਹ ਇੱਥੇ ਪੈਸੇ ਕਿਹੜੇ ਦੇਣੇ ਪਣਗੇ ਕਿਹੜੇ ਜੀ ਸਵਾਸ ਕਿਹਦੇਣ ਬਣਗੇ ਸਵਾਸਾਂ ਨੂੰ ਪੂੰਜੀ ਕਿਹਾ ਗਿਆ ਤੇ ਸਵਾਸ ਕਿਹੜਾ ਜਮਾ ਹੁੰਦਾ ਜਦੋਂ ਤੁਸੀਂ ਬੜੇ ਸਤਕਾਰ ਨਾਲ ਅਦਬ ਨਾਲ ਕਿਹਾ ਵਾਹ ਨਹੀਂ ਵਾਹ ਉਹਨੂੰ ਸੁਣ ਲੈਣਾ ਵਾਹਿ ਬੋਲ ਕੇ ਵਾਹਿ ਸੁਣ ਲੈਣਾ ਅੱਖਰ ਨਹੀਂ ਬਣਾਉਣੇ ਅੱਖਾਂ ਮੂਰੇ ਫਿਰ ਗੁਰੂ ਗੁਰੂ ਬੋਲ ਕੇ ਗੁਰੂ ਸੁਣ ਲੈਣਾ ਉਹ ਸਵਾਸ ਜਮਾ ਹੋ ਗਿਆ ਜੇ ਸੁਣਿਆ ਨਹੀਂ ਫਿਰ ਜਮਾ ਨਹੀਂ ਹੋਇਆ ਤੇ ਇਸ ਕਰਕੇ ਆਪਾਂ ਕਹਿੰਦੇ ਆ ਧੁੰਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਅਕਤ ਕਹਾਣੀ ਧੁੰਨ ਕਿਨੂੰ ਕਹਿੰਦੇ ਨੇ ਆਵਾਜ਼ ਨੂੰ ਆਪਾਂ ਵਾਹਿ ਦੀ ਧੁੰਨ ਦਿੱਤੀ ਵਾਹ ਧਿਆਨ ਕਿਵੇਂ ਮੰਨਿਆ ਜਾਊ ਜੇ ਕੰਨ ਨਾਲ ਸੁਣਾਗੇ ਆਪਣੀ ਆਵਾਜ਼ ਆਪਦੇ ਕੰਨਾਂ ਨਾਲ ਸੁਣਾਵਾ ਫਿਰ ਗੁਰੂ ਵਾਹ ਗੁਰੂ ਬੋਲੀ ਜਾਓ ਸੁਣੀ ਜਾਓ ਇਹ ਫਿਰ ਸਵਾਸ ਜਮਾ ਹੁੰਦੇ ਨੇ ਇਹ ਸਵਾਸ ਜਮਾ ਹੁੰਦੇ ਨੇ ਇਹਨਾਂ ਸਵਾਸਾਂ ਦੇ ਬਦਲੇ ਜਿਹੜਾ ਮਾਲਕ ਬਿਨ ਬੋਲੇ ਜਾਣਦਾ ਸਾਰਾ ਕੁਝ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਬਿਨ ਬੋਲਿਆਂ ਸਭ ਕੁਝ ਜਾਣਦਾ ਇਸ ਅੱਗੇ ਕੀਜੇ ਅਰਦਾਸ ਉਹ ਸਾਡੀ ਅੰਦਰ ਵੀ ਆ ਤੇ ਬਾਹਰ ਵੀ ਆ ਮਾਲਕ ਅੰਦਰ ਬਾਹਰ ਹਰ ਪ੍ਰਾਪ ਵੇਖੋ ਮਿਲ ਹਰ ਜਨ ਮੰਗਲ ਗਾਏ ਉਹ ਫਿਰ ਅੰਦਰ ਬੈਠਾ ਦੇਖਦਾ ਤੇ ਉਹ ਮਾਲਕ ਨੇ ਕੀ ਰੱਖਿਆ ਕੋਲੇ ਆਪਣੇ ਸਮਝਾਉਣ ਦੇ ਲਈ ਤਰਾਜੂ ਤੱਕੜੀ ਮਾਲਕ ਦੇਖਦਾ ਵੀ ਜਿਹੜਾ ਪਲੜਾ ਭਾਰੀ ਸੀਗਾ ਨਾਮ ਵਾਲਾ ਪਲੜਾ ਭਾਰੀ ਸੀਗਾ ਤੇ ਦੂਸਰਾ ਪਲੜਾ ਖਾਲੀ ਸੀ ਤੇ ਨਾਮ ਵਾਲ ਖਾਲੀ ਪਲੜੇ ਦੇ ਵਿੱਚ ਆਪਾਂ ਪੈਸੇ ਪਾਉਣੇ ਸ਼ੁਰੂ ਕੀਤੇ ਵਾਹ ਗੁਰੂ ਵਾਹ ਗੁਰੂ ਰੁਪਈਏ ਪੈਣ ਲੱਗੇ ਤੇ ਉਹ ਪਲੜਾ ਚ ਵਜਨ ਬਣ ਗਿਆ ਤੇ ਪਲੜਾ ਚੱਕਣਾ ਸ਼ੁਰੂ ਹੋ ਗਿਆ ਨਾਮ ਵਾਲਾ ਤੇ ਜਦੋਂ ਮਾਲਕ ਨੇ ਦੇਖਿਆ ਕਿ ਪਲੜਾ ਬਰਾਬਰ ਹੋ ਗਿਆ ਹੁਣ ਇਹ ਬੱਚੇ ਨੂੰ ਨਾਮ ਧੰਨ ਦੇਣਾ ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲਣ ਹਰਾ ਉਸ ਮਾਲਕ ਨੇ ਦੇਖਿਆ ਕਿ ਹੁਣ ਕਾਫੀ ਸਵਾਸਾਂ ਦੀ ਪੂੰਜੀ ਜਮ੍ਹਾਂ ਹੋ ਗਈ ਵੀ ਇਹਦਾ ਹੱਕ ਬਣਦਾ ਬੱਚੇ ਦਾ ਵੀ ਇਹਨੂੰ ਹੁਣ ਇਹਦਾ ਧਨ ਦੇ ਬਦਲੇ ਨਾਮ ਧਨ ਦਈਏ ਫਿਰ ਮਾਲਕ ਨਾਮ ਧਨ ਦਿੰਦਾ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰਗਾ ਸਿੱਖ ਬੜਪਾਗੀ ਹੈ ਫਿਰ ਕੀ ਕਹਿੰਦੇ ਜਿਵੇਂ ਬਾਹਰ ਦੁਕਾਨਾਂ ਤੇ ਬਿਨਾਂ ਪੈਸਿਆਂ ਤੋਂ ਸੌਦਾ ਨਹੀਂ ਮਿਲਦਾ ਤੇ ਸਾਡੇ ਅੰਦਰ ਬਿਨਾਂ ਪੈਸਿਆਂ ਤੋਂ ਨਾਮ ਨਹੀਂ ਮਿਲਣਾ ਤੇ ਉਹਨੂੰ ਧਾਮ ਕਹਿੰਦੇ ਆ ਕੀ ਕਹਿੰਦੇ ਆ ਧਾਮ ਬਿਨ ਧਾਮ ਸੌਦਾ ਨਹੀਂ ਹਾਟ ਵੀ ਇਹ ਮੋਖ ਦੇ ਹੱਟ ਤੇ ਵੀ ਸੌਦਾ ਜੇ ਮਿਲੇਗਾ ਨਾ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਉਹ ਇੱਥੇ ਆ ਮੋਖ ਦਾ ਦਵਾਰਾ ਇੱਥੇ ਇਸ ਕਰਕੇ ਆਪਾਂ ਕਹਿੰਦੇ ਆ ਵੀ ਜਦੋਂ ਵਿਚਾਰ ਚੱਲਦੀ ਹੁੰਦੀ ਐ ਅਸੀਂ ਇਸ਼ਾਰਾ ਕਰ ਦਿੰਦੇ ਆ ਵੀ ਦੇਖਣਾ ਵੀ ਹੁੰਦਾ ਤੇ ਸੁਣਨਾ ਵੀ ਹੁੰਦਾ ਵੀ ਕੀ ਇਸ਼ਾਰਾ ਇੱਥੇ ਮੋਖ ਦਾ ਹੱਟਾ ਇੱਥੇ ਅਨਾਕ ਦੀ ਇਥੇ ਮਾਲਕ ਬੈਠਾ ਹੈ ਇਥੇ ਮਾਲਕ ਬੈਠਾ ਹੈ ਨਾਮ ਦਾ ਸੌਦਾ ਲੈ ਕੇ ਉਹ ਪੋਟਲੀ ਲੈ ਕੇ ਬੈਠਾ ਹੈ ਵੀ ਕਦੋਂ ਬੱਚਾ ਆਵੇ ਇਹਨੂੰ ਨਾਮ ਰੂਪੀ ਸੌਦਾ ਦਿੱਤਾ ਜਾਵੇ ਤੇ ਗੁਰਮੁਖ ਪਿਆਰਿਓ ਨਾਮ ਦਾ ਸੌਦਾ ਜੇ ਲਵਾਂਗੇ ਕਾਫੀ ਸਾਡੀ ਪੂੰਜੀ ਸਾਡੇ ਕੋਲੇ ਖਜ਼ਾਨਾ ਜਮ੍ਹਾਂ ਹੋਏਗਾ ਤੇ ਕੁਝ ਖਸ਼ਾ ਖਜ਼ਾਨਾ ਜਿਹੜਾ ਹੈ ਉਹ ਆਪਣਾ ਪਿਛਲੇ ਜਨਮਾਂ ਦਾ ਵੀ ਹੈਗਾ ਕਿਉਂਕਿ ਹਰ ਇੱਕ ਜੂਨ ਨਾਮ ਜਪਦੀ ਹੈ ਪੌਣ ਪਾਣੀ ਅੱਗ ਵੀ ਨਾਮ ਜਪਦੇ ਨੇ ਗਾਵੇ ਤੁਧਨੋਂ ਪੌਣ ਪਾਣੀ ਬਸੰਤਰ ਗਾਵੀ ਰਾਜਾ ਧਰਮ ਦੁਆਰੇ ਗਾਵੇ ਤੁਧਨੋਂ ਚਿਤ ਗੁਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਇਹ ਸਾਰੇ ਜਾਣੇ ਜਪਦੇ ਆ ਮਾਲਕ ਦਾ ਨਾਮ ਤੇ ਪਿੱਛੇ ਵੀ ਆਪਾਂ ਨੂੰ ਕਿਤੇ ਨਾ ਕਿਤੇ ਕਿਉਂਕਿ ਚਾਰ ਯੁਗਾਂ ਦੀ ਚੌਂਕੜੀ ਹੈ ਸਤਜੁਗ ਤ੍ਰੇਤਾ ਦਵਾਪਰ ਕਲ ਯੁਗ ਕਿਤੇ ਨਾ ਕਿਤੇ ਪਿੱਛੇ ਵੀ ਮਨੁੱਖ ਜਾਮਾ ਮਿਲਿਆ ਤੇ ਜੇ ਮਿਲਿਆ ਤੇ ਉਦੋਂ ਵੀ ਆਪਾਂ ਕੋਈ ਨਾ ਕੋਈ ਪੂੰਜੀ ਜਮ੍ਹਾਂ ਕਰਾਈ ਜਿਨ੍ਹਾਂ ਨੇ ਕਰਾਈ ਉਹਨਾਂ ਦਾ ਉਹ ਵੀ ਧਨ ਨਾਲ ਰਲ ਗਿਆ ਉਹ ਵੀ ਧਨ ਨਾਲ ਰਲ ਗਿਆ ਤੇ ਜਿਨ੍ਹਾਂ ਨੇ ਨਾਮ ਤੋਂ ਬਿਨਾ ਮੈਲ ਲਵਾਈ ਉਹ ਮੈਲ ਵੀ ਨਾਲ ਹੀ ਲੈ ਕੇ ਆਏ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ ਕਾਲਾ ਹੋਆ ਕਾਦੀ ਮੈਲ ਲੱਗੀ ਵਿਚਾਰਾਂ ਦੀ ਫਿਕਰਾਂ ਫਿਕਰਾਂ ਦੀ ਸਹنسਿਆਂ ਦੀ ਟੈਨਸ਼ਨਾਂ ਦੀ ਸਹਸੇ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਤੋਂ ਹੋ ਸ਼ਬਦ ਲਾਗੋ ਹਰ ਸਿਓ ਰਹੋ ਜਿੱਤ ਲਾਏ ਤੇ ਜੇ ਨਾਮ ਰੂਪੀ ਮੈਲ ਵੀ ਪਿਛਲੇ ਜਨਮਾਂ ਦੀ ਲੈ ਕੇ ਆਏ ਆ ਇਸ ਮਨ ਕੋ ਜਨਮ ਜਨਮ ਕੀ ਮਾਲ ਲਾਗੀ ਕਾਲਾ ਹੋਆ ਇਹਨਾਂ ਮਲ ਕੀ ਜੇ ਪਿੱਛੇ ਖਜ਼ਾਨਾ ਜਮਾ ਕਰਾਇਆ ਤੇ ਉਹ ਵੀ ਖਜ਼ਾਨਾ ਤਾਂ ਨਾਲ ਹੈਗਾ ਹੀ ਆ ਨਾ ਜਦੋਂ ਉਹ ਖਜ਼ਾਨਾ ਤੇ ਖਜ਼ਾਨਾ ਸਮਾਂ ਆਏ ਤੇ ਇਕੱਠੇ ਹੋਗੇ ਉਹਦੋਂ ਪਰਦਰਸੀ ਉਹਦੋਂ ਸਮਝ ਲੋ ਅਗਲਾ ਕਹਿੰਦਾ ਜੀ ਮੈਂ ਤਾਂ ਇਸ ਜਨਮ ਚ ਬੜਾ ਸਿਮਰਨ ਹੀ ਨਹੀਂ ਕੀਤਾ ਤੇ ਮੇਰੇ ਤੇ ਐਡੀ ਛੇਤੀ ਕਿਰਪਾ ਕਿਵੇਂ ਹੋਗੀ ਮੈਨੂੰ ਸ਼ਬਦ ਕਿਵੇਂ ਸੁਣ ਲੱਗ ਗਿਆ ਮੈਨੂੰ ਅਮਰਦਾਸ ਕਿਵੇਂ ਆਉਣ ਲੱਗ ਗਿਆ ਮੈਨੂੰ ਖੁਸ਼ੂ ਕਿਵੇਂ ਆਉਣ ਲੱਗੀ ਫਿਰ ਉਹਨਾਂ ਨੂੰ ਦੱਸੀਦਾ ਵੀ ਤੁਹਾਡਾ ਪਿਛਲਾ ਖਜ਼ਾਨਾ ਵੀ ਨਾਲ ਖੁੱਲ ਗਿਆ ਉਹ ਫੈਲ ਤੁਹਾਡੀ ਚੱਕੀ ਗਈ ਫੈਲਾ ਨੇ ਨਾ ਉਹ ਚੱਕੀ ਗਈ ਤੇ ਨਾਲ ਉਹ ਰਲ ਗਿਆ ਤੇ ਹੁਣ ਤੱਕ ਕਿਰਪਾ ਹੁਣੀ ਹੁਣੀ ਸੀ ਇਸ ਕਰਕੇ ਗੁਰਮੂ ਪਿਆਰਿਓ ਖੇਡ ਬੜਾ ਬਰੀਕੀ ਦਾ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਕਰਤੇ ਖੇਲ ਰਚਾਇਆ ਇਸ ਖੇਡ ਨੂੰ ਸਮਝਾਂਗੇ ਤਾਂ ਜਿੱਤਾਂਗੇ ਜੇ ਆਪਾਂ ਖੇਡ ਨੂੰ ਸਮਝਿਆ ਹੀ ਨਹੀਂ ਤਾਂ ਜਿੱਤਾਂਗੇ ਕਿਵੇਂ ਫਿਰ ਖੇਡ ਨੂੰ ਤਾਂ ਸਮਝਣਾ ਹੀ ਆ ਫਿਰ ਦੂਜੇ ਸਾਡੇ ਜਿਹੜੇ ਆਪੋਜੀਟ ਖਿਡਾਰੀ ਨੇ ਉਹ ਕੌਣ ਨੇ ਕਾਲ ਉਹ ਕੌਣ ਆ ਜੀ ਕਾਲ ਕਾਲ ਲੈਂਦਾ ਪੰਜਾਂ ਤੋਂ ਕਾਮ ਕਾਮ ਕ੍ਰੋਧ ਲੋਮ ਹੰਕਾਰ ਇਹ ਵਿਰੋਧੀ ਖਿਡਾਰੀ ਨੇ ਤੇ ਜਦੋਂ ਆਪਾਂ ਭਗਤੀ ਕਰ ਲਈ ਮਾਲਕ ਨੂੰ ਅਸੀਂ ਚੰਗੇ ਲੱਗੇ ਭਾਗੇ ਸਾਡਾ ਮਾਲਕ ਨੇ ਮਲਾਪ ਕਰਾ ਲਿਆ ਆਪਦੇ ਨਾਲ ਤਾਂ ਫਿਰ ਇਹ ਪੰਜੇ ਜਾਣੇ ਇਹ ਫਿਰ ਮਾਨ ਦੇ ਨੌਕਰ ਬਣ ਜਾਣਗੇ ਮਾਨ ਦੇ ਦਾਸ ਬਣ ਜਾਣਗੇ ਦਾਸ ਬਣ ਕੇ ਕੰਮ ਕਰਨਗੇ ਤੇ ਪਹਿਲਾ ਕਾਲ ਦੇ ਦਾਸ ਬਣ ਕੇ ਕੰਮ ਕਰਦੇ ਆਪਾਂ ਨੂੰ ਪਰੇਸ਼ਾਨੀਆਂ ਦਿੰਦੇ ਨੇ ਤੇ ਜਦੋਂ ਭਗਤੀ ਕਰਕੇ ਮਾਲਕ ਦੇ ਸਨਮੁਖ ਹੋਗੇ ਫਿਰ ਮਾਲਕ ਇਹਨਾਂ ਨੂੰ ਸਾਡੇ ਨੌਕਰ ਬਣਾ ਲੇਗਾ ਇਹ ਮਹਾਰਾਜ ਦੀ ਬਾਣੀ ਚ ਸਾਰਾ ਖੇਲ ਸਮਝਾਇਆ ਹੋਇਆ ਸੋ ਖੇੜ ਸਮਝ ਕੇ ਜਿੱਤ ਗਏ ਆਪਾਂ ਹੁਣ ਸਾਡੇ ਮਨ ਨੂੰ ਪੰਜਾਂ ਤਤਾਂ ਤੋਂ ਪੈਦਾ ਕੀਤਾ ਮਾਲਕ ਨੇ ਇਹ ਮਨ ਸ਼ਕਤੀ ਇਹ ਮਨਸਿਓ ਇਹ ਮਨ ਪੰਜ ਤਤ ਕੋ ਜਿਓ ਲੇਕਿਨ ਇਹ ਸਰੀਰ ਜਿਹੜਾ ਸੀ ਪੰਜਾਂ ਤਤਾਂ ਦਾ ਇੱਕ ਸੂਖਮ ਸਰੀਰ ਸੀ ਇਹ ਦੋ ਸਰੀਰਾਂ ਨੂੰ ਜੋੜਿਆ ਗਿਆ ਸਾਡੇ ਸਰੀਰਾਂ ਨੂੰ ਦੋਨੋਂ ਸਾਡੇ ਮਨ ਨੂੰ ਕਿੰਨੇ ਸਰੀਰ ਮਿਲੇ ਜੀ ਦੋ ਮਿਲੇ ਕਿਹੜੇ-ਕਿਹੜੇ ਇੱਕਾਂ ਚੰਮ ਦਾ ਜਦੋਂ ਇਹਨੂੰ ਆਪਾਂ ਬੈੱਡ ਤੇ ਪਾਇਆ ਹੁੰਦਾ ਹੈ ਇਹ ਸੁੱਤਾ ਹੁੰਦਾ ਹੈ ਘਰਾੜੇ ਵਾਈ ਦੇ ਹੁੰਦੇ ਆ ਉਦੋਂ ਇੱਕ ਸੁਪਨਾ ਚੱਲਦਾ ਉਹ ਸੁਪਨੇ ਦੇ ਵਿੱਚ ਕਿੰਨੂੰ ਮਿਲਦੇ ਆ ਤੁਰਿਆ ਫਿਰਦੇ ਆਪਾਂ ਆਪਣਾ ਆਪ ਦੇ ਆਪ ਨੂੰ ਹੀ ਦੇਖਦੇ ਆ ਨਾ ਮੈਂ ਤੁਰਿਆ ਫਿਰਦੇ ਮੈਨੂੰ ਉਹ ਮਿਲਿਆ ਮੈਨੂੰ ਉਹ ਸਾਡਾ ਸੂਖਮ ਸਰੀਰ ਆ ਉਹ ਕਿਹੜਾ ਜੀ ਉਹ ਸਰੀਰ ਤੇ ਇਹ ਸਰੀਰ ਨੂੰ ਨਾਭੀ ਦੇ ਉੱਤੇ ਧੁੰਨੀ ਦੇ ਉੱਤੇ ਗੰਢ ਮਾਰੀ ਗਈ ਆ ਕਿਤੇ ਤਾਂ ਗੰਢ ਵੱਜੀ ਆ ਨਾ ਜਿਹੜੀ ਆਪਾਂ ਡਿਸਕਸ ਕਰੀਏ ਵਿਚਾਰੀਏ ਵੀ ਮਹਾਰਾਜ ਦੀ ਬਾਣੀ ਚ ਲਿਖਿਆ ਹੈ ਖੁੱਲੀ ਗੰਠ ਉਠੋ ਲਿਖਿਆ ਆਇਆ RAM ਕਿਤੇ ਤਾਂ ਗੰਢ ਵੱਜੀ ਆ ਜਿਹੜੀ ਖੁੱਲਣੀ ਆ ਤਾਂ ਗੰਢ ਕਦੋਂ ਖੁੱਲਦੀ ਆ ਜਦੋਂ ਸਵਾਸਾਂ ਦੀ ਗਿਣਤੀ ਪੂਰੀ ਹੋ ਗਈ ਜਿਹੜੇ ਸਾਡੇ ਮਨ ਨੂੰ ਸਵਾਸ ਗਿਣ ਕੇ ਮਿਲੇ ਨੇ ਥੈਨ ਹਰ ਸਾਹ ਤੇ ਸਾਹ ਘਟਦੇ ਜਾ ਰਹੇ ਨੇ ਇੱਕ ਦਿਨ ਐਸਾ ਆਏਗਾ ਉਹ ਚਾਹੇ ਰਾਤ ਦਾ ਸਮਾਂ ਹੋਵੇ ਚਾਹੇ ਦਿਨ ਦਾ ਦੁਪਹਿਰ ਦਾ ਸ਼ਾਮ ਦਾ ਤੜਕੇ ਦਾ ਜਦੋਂ ਸਵਾਸ ਖਤਮ ਹੋ ਗਏ ਗੰਢ ਖੋਲ ਦਿੱਤੀ ਜਾਏਗੀ ਫੇਰ ਆ ਸਰੀਰ ਵੱਖ ਹੋ ਜਾਏਗਾ ਉਹ ਸਰੀਰ ਵੱਖ ਹੋ ਜਾਏਗਾ ਐਸ ਸਰੀਰ ਦਾ ਗੁਰੂ ਆ ਪਵਨ ਐਸ ਸਰੀਰ ਦਾ ਗੁਰੂ ਕੌਣ ਆ ਪਵਨ ਗੁਰੂ ਇਹਦੇ ਚੋਂ ਪੌਣ ਨਿਕਲ ਜੇਗੀ ਸਾਰੀ ਤੇ ਜਿਹੜਾ ਸੂਖਮ ਸਰੀਰ ਆ ਉਹਦਾ ਗੁਰੂ ਆਇ ਸ਼ਬਦ ਉਹ ਸ਼ਬਦ ਦੁਆਰਾ ਚੱਲਦਾ ਹੈ ਉਹਦੇ ਵਿੱਚੋਂ ਸ਼ਬਦ ਨਿਕਲੇਗਾ ਜਿਹੜਾ ਮਨ ਨੇਤਰਾ ਚ ਭਾਇਆ ਸੀ ਜੇ ਸੰਗਤ ਕਰਕੇ ਮਨ ਨੇ ਨਾਮ ਦਾ ਭੇਦ ਲਿਆ ਹੋਇਆ ਸਾ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖਾਣੀਏ ਜਿਸ ਮਨ ਨੇ ਸੰਗਤ ਕਰਕੇ ਨਾਮ ਦਾ ਭੇਦ ਲਿਆ ਹੋਏਗਾ ਯਕੀਨ ਆਇਆ ਹੋਏਗਾ ਕਿ ਇਹ ਨਾਮ ਆ ਤੇ ਗੁਰਮੋ ਪਿਆਰਿਓ ਜਦੋਂ ਗੰਢ ਖੁੱਲੇਗੀ ਸ਼ਬਦ ਤੇਜ ਹੋਏਗਾ ਤੇ ਉਹ ਮਨ ਸ਼ਬਦਾਂ ਚ ਆਪਣੀ ਸੁਰਤੀ ਲਾ ਲੇਗਾ ਤੇ ਸਿੱਧਾ ਮਾਲਕ ਕੋਲੇ ਚਲਾ ਜਾਏਗਾ ਕਿੰਦੀ ਵੱਡੀ ਸਮਝਾਉਣਾ ਕੀਤਾ ਮਾਲਕ ਨੇ ਕਿਉਂਕਿ ਨਾਮ ਨੇ ਨਾਲ ਜਾਣਾ ਹੈ ਕਿਸੇ ਧੀ ਨੇ ਨਹੀਂ ਜਾਣਾ ਪੁੱਤ ਨੇ ਨਹੀਂ ਜਾਣਾ ਮਾਂ ਨੇ ਨਹੀਂ ਜਾਣਾ ਪਿਓ ਨੇ ਨਹੀਂ ਜਾਣਾ ਭੈਣ ਭਰਾ ਕਿਸੇ ਨਾਲ ਨਹੀਂ ਜਾਣਾ ਕਿਉਂਕਿ ਉਹ ਅੰਤਮ ਸਮੇਂ ਬੜਾ ਭਿਆਨਕ ਰਸਤਾ ਹੁੰਦਾ ਡਰਾਉਣਾ ਰਸਤਾ ਹੁੰਦਾ ਪਾਉਜਲ ਵਿਖਮ ਡਰਾਮ ਨੂੰ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲਹਾ ਨਾ ਤਸਵੰਝ ਮਲਾਰ ਕੋਈ ਸਾਧਨ ਨਹੀਂ ਹੁੰਦਾ ਮਨ ਦੇ ਨਿਕਲਣ ਦੇ ਲਈ ਡਰਾਉਣਾ ਰਸਤਾ ਹੁੰਦਾ ਹੈ ਪਾਣੀ ਉਬਲ ਰਿਹਾ ਹੁੰਦਾ ਹੈ ਸਾਈਡ ਤੇ ਅੱਗ ਦੀਆਂ ਲਪਟਾਂ ਪੈ ਰਹੀਆਂ ਹੁੰਦੀਆਂ ਨੇ ਉੱਥੋਂ ਦੀ ਨਗਾਉਂਦੇ ਆ ਫਿਰ ਮਨਮੁਖ ਨੂੰ ਮਨਮੁਖ ਨੂੰ ਉੱਥੋਂ ਨਗਾਉਂਦੇ ਨੇ ਜਿਹੜਾ ਮਨ ਮਨਮੁਖ ਹੈ ਤੇ ਉਹਦੇ ਲਈ ਬੜਾ ਭਿਆਨਕ ਰਸਤਾ ਬਣ ਜਾਂਦਾ ਹੈ ਤੇ ਹੁਣ ਜਿਹੜਾ ਮਨ ਗੁਰਮੁਖਾ ਗੁਰੂ ਦੀ ਚਰਨ ਵਿੱਚ ਆਇਆ ਜਿਹਨੂੰ ਨਾਮ ਦਾ ਭੇਦ ਆ ਗਿਆ ਜਿਹਨੂੰ ਨਾਮ ਦਾ ਭੇਦ ਆ ਗਿਆ ਉਹ ਨਾਮ ਨੂੰ ਸੁਣਨਾ ਸ਼ੁਰੂ ਕਰ ਦੇਗਾ ਤੇ ਸਿੱਧਾ ਹੀ ਮਾਲਕ ਦੇ ਕੋਲ ਚਲਾ ਜਾਏਗਾ ਤੇ ਜੇ ਨਾਮ ਦਾ ਭੇਦ ਨਾ ਹੋਇਆ ਸੰਗਤ ਕਰਕੇ ਨਾਮ ਦਾ ਭੇਦ ਨਾ ਲਿਆ ਤੇ ਗੁਰਮੁ ਪਿਆਰਿਓ ਫੇਰ ਕੋ ਰਸਤਾ ਭੁੱਲ ਜਾਏਗਾ ਅਸਲੀ ਮਾਰਗ ਭੁੱਲ ਜਾਏਗਾ ਮਾਰਗ ਛੋੜ ਅਮਾਰਗ ਪਾਏ ਅਮਾਰਗ ਮੀਂਹ ਗਲਤ ਰਸਤੇ ਤੇ ਚਲਾ ਜਾਏਗਾ ਫੇਰ ਨਾਮ ਚ ਨਹੀਂ ਮਨ ਸਮਾਕੇ ਜਾਏਗਾ ਮਨ ਇੱਧਰ ਰਹੇਗਾ ਨਾਮ ਤਤਾਂ ਨੂੰ ਛੱਡ ਕੇ ਮਾਲਕ ਚ ਸਮਾਏਗਾ ਕਿਉਂਕਿ ਨਾਮ ਕੀ ਸੀ ਪ੍ਰਕਾਸ਼ ਦੀ ਆਵਾਜ਼ ਨਾਮ ਕੀ ਸੀ ਜੀ ਪ੍ਰਕਾਸ਼ ਦੀ ਆਵਾਜ਼ ਮਾਲਕ ਪ੍ਰਕਾਸ਼ ਹਨ ਆ ਚਲ ਮੂਤ ਅਨਭਾਉ ਪ੍ਰਕਾਸ਼ ਸੰਤੋਜ ਕਿਹੀ ਜਾ ਮਾਨਵੀ ਪ੍ਰਕਾਸ਼ ਮਾਨ ਪ੍ਰਕਾਸ਼ ਛੋਟਾ ਜਿਹਾ ਅਨਹਦ ਪ੍ਰਕਾਸ਼ ਮਾਲਕ ਉਹਦੇ ਵਿੱਚ ਸਮਾਏਗਾ ਤੇ ਪਿਓ ਪੋਤੇ ਇੱਕ ਹੋ ਜਾਣਗੇ ਹਰ ਹਰ ਜਨ ਦੁਏ ਇਹ ਕਹ ਹੈ ਵਿਭ ਵਿਚਾਰ ਕਿਛ ਨਾਹੀਂ ਜਾਲਤੇ ਹੋ ਕੋਈ ਤਰੰਗ ਦਿਓ ਜਾਲ ਹੀ ਵਿਖੇ ਸਮਾਹੇ ਪਿਓ ਪੋਤੇ ਇੱਕ ਹੋ ਜਾਣਗੇ ਹਰ 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 ਜਨ ਮੀਨਸ ਮਨ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕਿ ਜੇ ਤੁਸੀਂ ਆਪਣੇ ਮੂਲ ਨੂੰ ਪਿਤਾ ਨੂੰ ਮਿਲ ਲੋਗੇ ਤੇ ਇਕ ਹੋ ਜਾਓਗੇ ਤੇ ਦ੍ਰਿਸ਼ਟਮਾਨ ਮਾਇਆ ਦਾ ਜਿਹੜਾ ਮੂਲ ਆ ਉਹ ਸਰੀਰ ਸੁਖਮਾਇਆ ਦਾ ਮੂਲ ਆ ਪੌਣ ਸੁਖਮਾਇਆ ਦਾ ਮੂਲ ਕੌਣ ਪੌਣ ਤੇ ਜਿਹੜਾ ਸਾਡਾ ਮਨ ਹੈ ਇਹਦਾ ਮੂਲ ਹੈ ਸੱਚ ਸੱਚ ਕਹਿੰਦੇ ਨੇ ਮਾਲਕ ਨੂੰ ਸੱਚ ਕਿਹਨੂੰ ਕਹਿੰਦੇ ਨੇ ਅਕਾਲ ਪੁਰਖ ਜੀ ਨੂੰ ਸੱਚ ਕੰਨ ਨੇ ਆਦੇ ਸੱਚ ਜੁਗਾਦ ਇਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੇ ਮਨ ਦਾ ਮੂਲ ਸੱਚਾ ਮਨ ਨੇ ਸੱਚ ਵਿੱਚ ਸਮਾਉਣਾ ਤੇ ਪਹਿਲਾਂ ਤਾਂ ਆਪਾਂ ਸਿਮਰਨ ਕਰਕੇ ਬਾਰ-ਬਾਰ ਸਿਮਰਨ ਕਰਕੇ ਜਿਹੜਾ ਮਨ ਬਾਰ-ਬਾਰ ਹਰ ਸਾਹ ਦੇ ਉੱਤੇ ਮਾਇਆ ਮੰਗਦਾ ਸੀ ਉਹੀ ਮਨ ਫਿਰ ਸਾਹ ਦੇ ਉੱਤੇ ਨਾਮ ਮੰਗੇਗਾ ਤੇ ਜਦੋਂ ਨਿਮਾਣਾ ਹੋ ਜਾਏਗਾ ਨਾਮ ਮੰਗੇਗਾ ਵਿਣ ਤੋਂ ਦੂਹ ਹੋਰ ਜੇ ਮੰਗਣਾ ਸੇਵ ਦੁਖਾਂ ਕੇ ਦੁਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਕਰਤਾ ਤੂੰ ਮੇਰਾ ਜਜ਼ਮਾਨ ਇੱਕ ਦਸ਼ਨਾ ਹੋ ਤੈਪੈ ਮੰਗਉ ਦਿਓ ਆਪਣਾ ਨਾਮ ਸੱਚੇ ਬਾਦਸ਼ਾਹ ਮੈਨੂੰ ਨਾਮ ਦਿਓ ਕਿਉਂਕਿ ਨਾਮ ਨਾਲੋਂ ਟੁੱਟੀ ਹੋਈ ਮਨ ਦੀ ਲਿਬ ਜੁੜਨੀ ਆ ਨਾਮ ਨਾਲ ਤੇ ਜਦੋਂ ਨਾਮ ਨਾਲ ਲਿਪ ਜੁੜੇਗੀ ਫੇਰ ਮਨ ਦਾ ਮਲਾਪ ਹੋਏਗਾ ਮਾਲਕ ਦੇ ਨਾਲ ਮਾਲਕ ਦੀ ਆਵਾਜ਼ ਨੂੰ ਉਹ ਉਥੋਂ ਮਨ ਨੇ ਸੁਣਦੇ ਸੁਣਦਿਆਂ ਇੱਥੇ ਪ੍ਰਕਾਸ਼ ਚ ਆ ਜਾਣਾ ਮਾਲਕ ਦੀ ਆਵਾਜ਼ ਨਾਮ ਹੈ ਮਾਲਕ ਪ੍ਰਕਾਸ਼ ਹੈ ਪ੍ਰਕਾਸ਼ ਵਿੱਚ ਉਹ ਸੌਂਡ ਜਾ ਰਿਓ ਉਥੋਂ ਮਨ ਬੱਚੇ ਨੇ ਜਿਹਨੂੰ ਸੁਣ ਲੱਗੀ ਉਹਨੇ ਉਹਨੂੰ ਸੁਣਨਾ ਸੁਣਦੇ ਸੁਣਦੇ ਤੇਜ਼ ਹੁੰਦੀ ਗਈ ਤੇਜ਼ ਹੁੰਦੀ ਗਈ ਇੱਥੇ ਆਣ ਕੇ ਤੂਰ ਵਜੇਗਾ ਇੱਥੇ ਆਣ ਕੇ ਕੀ ਵਜੇਗਾ ਕਿਉਂਕਿ ਨੇੜੇ ਆ ਕੇ ਆਵਾਜ਼ ਤੇਜ਼ ਹੀ ਹੋਗੀ ਨਾ ਜਿੰਦੇ ਆਪਾਂ ਨੇੜੇ ਆ ਕੇ ਬੰਨ ਕੇ ਉਹ ਉੱਥੇ ਕੋਈ ਬੰਦਾ ਉੱਚੀ ਬੋਲਦਾ ਐ ਇੱਥੇ ਉਹਦੀ ਆਵਾਜ਼ ਘੱਟ ਸੁਣੇਗੀ ਇਧਰੋਂ ਉਹਦੇ ਵੱਲ ਨੂੰ ਜਾਓਗੇ ਉਹ ਤੇਜ਼ ਸੁਣੇਗੀ ਉਹਦੇ ਨੇੜੇ ਚੱਲੇ ਜਾਓ ਹੋਰ ਤੇਜ਼ ਸੁਣੇ ਜਦੋਂ ਉੱਥੋਂ ਸੁਣਦੇ ਹੋਏ ਸਹਿਜ ਧੁਨ ਹੌਲੀ ਹੌਲੀ ਸੁਣਦੇ ਜਦੋਂ ਇੱਥੇ ਨੇੜੇ ਆ ਗਏ ਤੇ ਤੂਰ ਵੱਜੇਗਾ ਮਾਲਕ ਦੀ ਆਵਾਜ਼ ਤੇਜ਼ ਹੁੰਦੀ ਉਹਨੂੰ ਤੂਰ ਕਹਿੰਦੇ ਨੇ ਜਦੋਂ ਸਲੋ ਹੁੰਦੀ ਉਹਨੂੰ ਸਹਿਜ ਧੁਨ ਕਹਿੰਦੇ ਨੇ ਤੇਰਾ ਮੁਖ ਸੁਆਵਾ ਜੀਓ ਸਹਿਜ ਧੁਨ ਬਾਣੀ ਉਹਨੂੰ ਫਿਰ ਜਦੋਂ ਤੇਜ ਨੂੰ ਤੂਰ ਤੇ ਤਾਰਕ ਹੋਰ ਬਜੰਤਰ ਤੇ ਅਨਹਦ ਬਾਣੀ ਨਾਦ ਵਜਾਇਆ ਵੀ ਕਹਿੰਦੇ ਨੇ ਤੇ ਤੂਰ ਬਾਰੇ ਆਪਾਂ ਪੜ੍ਹਦੇ ਆ ਨਾ ਸੁਣ ਤੇ ਪਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਕਿੱਥੇ ਵੱਜਦਾ ਤੂਰ ਕਿਤੇ ਤਾਂ ਵੱਜਦਾ ਹੀ ਆ ਨਾ ਜੇ ਮਹਾਰਾਜ ਦੀ ਬਾਣੀ ਚ ਦੱਸਿਆ ਹੈ ਤੇ ਕਿਤੇ ਤਾਂ ਵੱਜਦਾ ਹੀ ਆ ਇਸ ਕਰਕੇ ਆਪਾਂ ਗੁਰਬਾਣੀ ਗੁਰੂ ਤੇ ਸ਼ੰਕਿਆ ਨਹੀਂ ਕਰਨੀ ਕਹਿੰਦੇ ਤੇ ਨਹੀਂ ਕਰਨੀ ਮਹਾਰਾਜ ਦੀ ਬਾਣੀ ਤੇ ਸ਼ੰਕਿਆ ਨਹੀਂ ਕਰਨੀ ਤੇ ਜੇ ਮਹਾਰਾਜ ਦੀ ਬਾਣੀ ਤੇ ਸ਼ੰਕਿਆ ਤੇ ਫੇਰ ਗੱਲ ਨਹੀਂ ਬਣਨੀ ਤੇ ਇੱਥੇ ਜੋ ਵਿਚਾਰ ਹੁੰਦੀ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਹੁੰਦੀ ਆ ਬਾਹਰੋਂ ਨਹੀਂ ਹੁੰਦੀ ਬਾਹਰੋਂ ਦੱਸਦੇ ਆ ਸੀ ਵੀ ਆ ਬਾਣੀ ਚ ਨਹੀਂ ਜੀ ਇਹ ਵੈਸੇ ਕਿਸੇ ਤੋਂ ਸੁਣਿਆ ਸੀਗੇ ਕਿਸੇ ਦਾ ਕਲਮਬੰਦ ਕੀਤਾ ਹੋਇਆ ਸੀ ਤੇ ਹੁਣ ਗੁਰਮੁਖ ਪਿਆਰਿਓ ਸੰਸਾਰ ਦੇ ਉੱਤੇ ਜਿੰਨੇ ਮਾਨ ਆ ਪਏ ਹੋਏ ਹਾਂ ਸਾਰੇ ਮਨ ਮਾਲਕ ਨਾਲ ਵਿਛੜੇ ਹੋਏ ਸੀ ਸਾਰੇ ਮਨ ਮਾਲਕ ਨੇ ਆਪਣੇ ਨਾਲੋਂ ਵਿਛੋੜ ਕੇ ਇੱਥੇ ਭੇਜੇ ਹੋਏ ਸੀ ਤੇ ਹੁਣ ਆਪਾਂ ਨੂੰ ਮਨੁੱਖ ਜਾਮਨ ਦਿੱਤਾ ਇਹ ਮਿਲਣ ਦਾ ਇੱਕ ਮੌਕਾ ਹੈ ਆਪਾਂ ਵਿਛੜੇ ਹੋਏ ਮਿਲ ਸਕਦੇ ਆ ਆਪਣੇ ਮੂਲ ਨੂੰ ਕੁਝ ਮਿਲ ਚੁੱਕੇ ਨੇ ਤੁਹਾਡੇ ਵਿੱਚੋਂ ਕੁਝ ਨੇ ਮਿਲਣਾ ਤੇ ਜਿਨ੍ਹਾਂ ਨੇ ਮਿਲਣਾ ਹੈ ਉਹਨਾਂ ਨੇ ਸ਼ਰਮ ਨਹੀਂ ਮੰਨਣੀ ਨਾਮ ਜਪਣ ਲੱਗਿਆ ਲੋਕ ਲੱਜਾ ਚ ਨਹੀਂ ਆਉਣਾ ਮਰਾ ਕਹਿੰਦੇ ਲਾਜ ਮਰੇ ਜੋ ਨਾਮ ਨਾ ਲੇਵੇ ਨਾਮ ਵੀ ਹੋਣ ਸੁਖੀ ਕਿਉਂ ਸੋਵੇ ਹਰ ਸਿਮਰਨ ਛਾੜ ਪਰਮਗਤ ਚਾਹੇ ਮੂਲ ਬਿਨਾ ਸ਼ਾਕਾ ਕਤ ਹੈ ਸ਼ਰਮ ਨਹੀਂ ਮੰਨਣੀ ਜਿਵੇਂ ਆਪ ਬੰਦਾ ਸ਼ਰਮ ਮਨ ਜਾਂਦਾ ਨਾ ਤੇ ਸ਼ਰਮ ਨਹੀਂ ਮੰਨਣੀ ਜੇ ਮਾਲਕ ਨੂੰ ਮੰਨਦਾ ਕੀ ਉੱਚੀ ਉੱਚੀ ਵਾਹ ਗੁਰੂ ਖੇਤ ਜਾ ਰਹੇ ਹੋ ਇੱਕ ਕਦਮ ਤੇ ਵਾਹ ਦੂਜੇ ਤੇ ਗੁਰੂ ਆਵਦਾ ਜਾਓ ਜਿਹਨੂੰ ਲੋੜ ਹੋਏ ਤੁਹਾਨੂੰ ਬੁਲਾ ਲੇਗਾ ਜਿੰਨੂੰ ਤੁਹਾਡੇ ਤੱਕ ਕੰਮ ਹੋਏਗਾ ਤੁਹਾਨੂੰ ਬੁਲਾ ਲੇਗੇ ਜਿੰਦੇ ਤੱਕ ਤੁਹਾਨੂੰ ਕੰਮ ਹੋਏਗਾ ਤੁਸੀਂ ਬੁਲਾ ਲੋਗੇ ਪਰ ਜਦੋਂ ਹੈ ਹੀ ਨਹੀਂ ਕੰਮ ਤੁਹਾਨੂੰ ਨਾ ਉਹਨੂੰ ਤੇ ਫਿਰ ਆਪਦਾ ਧਿਆਨ ਚ ਜਾਓ ਸਿਮਰਨ ਕਰਦੇ ਹੋਏ ਖੇਤ ਬੰਨੇ ਜਾਓ ਪੱਠੇ ਵੱਢੋ ਕਰੇ ਤੇ ਜਾਂ ਪੈਣਾ ਪੋਜਨ ਬਣਾਉਂਦੀਆਂ ਕਰਦੀ ਸਫਾਈ ਕਰਦੀਆਂ ਸਿਮਰਨ ਕਰਨ ਤੇ ਜਦੋਂ ਵਿਹਲੇ ਹੋਗੇ ਉਦੋਂ ਨੇਤਰ ਬੰਦ ਕਰਕੇ ਅੰਤਰਗੁਰੂ ਅরাধਨਾ ਜੇਵਾ ਜਪਗੁਰ ਨਾਉ ਨੇਤਰੀ ਸਤਗੁਰੂ ਪੇਖਣਾ ਸਰਵਣੀਆਂ ਸੁਣਨਾ ਕਰਨ ਇਸ ਤਰ੍ਹਾਂ ਸਮਝ ਸ਼ੁਰੂ ਕਰ ਦੇਣਾ ਸਿਮਰਨ ਮਹਾਰਾਜ ਨੇ ਤਾਂ ਇਹ ਕਿਹਾ ਆਪਾਂ ਨੂੰ ਕਹਿੰਦੇ ਮਾਇਆ ਮਨੋਂ ਨਾ ਵਿਸਰੇ ਮੰਗੇ ਦਮ ਦਮ ਤੇ ਫਿਰ ਇਹ ਵੀ ਦੱਸਿਆ ਆ ਕਹਿੰਦੇ ਵੀ ਹਰ ਦਮ ਦੇ ਉੱਤੇ ਸਾਹ ਦੇ ਉੱਤੇ ਮਾਇਆ ਨਹੀਂ ਵਿਸਰਦੀ ਮਨ ਨੂੰ ਕਿਉਂਕਿ ਮਨ ਮਾਇਆ ਧਾਰੀ ਹੋਇਆ ਪਿਆ ਨਾ ਨਾ ਮਾਲਕ ਨੂੰ ਦੇਖਦਾ ਨਾ ਮਾਲਕ ਦੀ ਬਾਤ ਸੁਣਦਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋੜਾ ਉਹ ਬਾਹਰਲੇ ਰੌਲੇ ਖਚੋਲਿਆਂ ਵਿੱਚ ਪਿਆ ਹੈ ਉਹਨੂੰ ਸ਼ਬਦ ਮੀਨਜ ਨਾਮ ਧੁਨ ਨਹੀਂ ਸੁਣਦੀ ਤੇ ਹੁਣ ਗੁਰਮੁਖ ਪਿਆਰਿਓ ਆਪਾਂ ਉਸ ਅਵਸਥਾ ਦੇ ਵਿੱਚ ਜੇ ਜਾਣਾ ਚਾਹੁੰਦੇ ਆ ਜਿਹੜਾ ਮਨ ਸਾਡਾ ਬਾਰ-ਬਾਰ ਮਾਇਆ ਤੇ ਰੁਕਦਾ ਸੀ ਬਾਰਿੰਗ-ਬਾਰ ਮਾਇਆ ਤੇ ਅਟਕੇ ਲੈ ਨਰਜਾ ਮਨ ਤੋਂ ਲੈ ਦੇ ਉਸ ਮਨ ਨੂੰ ਅਸੀਂ ਹੁਣ ਵਾਹਿ ਤੇ ਗੁਰੂ ਦੀ ਧੁਨ ਨਾਲ ਪਕੜਾ ਦੇਣੀ ਹੈ ਮਨ ਨੂੰ ਕੀ ਕਰਨਾ ਹੈ ਵਾਹਿ ਗੁਰੂ ਦੀ ਧੁਨ ਪਕੜਾਉਣੀ ਕਿਵੇਂ ਧੁਨ ਪਕੜੀ ਸਮਝੀ ਜਾਏਗੀ ਕਿਉਂਕਿ ਮਨ ਤਾਂ ਸੁਖਮ ਸੁਖਮ ਧੁਨ ਪਕੜੀ ਸਮਝੇ ਜੇ ਬੋਲਾਂਗੇ ਤੇ ਕੰਨਾਂ ਨਾਲ ਸੁਣਾਗੇ ਜੇ ਸੁਣਦੇ ਆ ਤਾਂ ਸਮਝ ਲਓ ਪਕੜੀ ਹੋਈ ਆ ਆਓ ਸਾਰੇ ਗੁਰਮੁਖ ਆਪਾਂ ਵਾਹਿਗੁਰੂ ਗੁਰਮੰਤਰ ਦਿੜ ਕਰੀਏ ਨੇਤਰ ਬੰਦ ਕਰਕੇ ਦੋ ਅੱਖਾਂ ਨੇ ਖੱਬੀ ਤੇ ਸੱਜੀ ਧਿਆਨ ਨਾਲ ਦੇਖ ਲਓ ਗੁਰਮੁਖੋ ਸੱਜੀ ਤੇ ਖੱਬੀ ਅੱਖ ਦੋ ਨੇ ਪਲਕਾਂ ਤੁਸੀਂ ਇੱਥੇ ਬੰਦ ਕੀਤੀਆਂ ਆ ਨੱਕ ਦੀ ਨੋਕ ਤੇ ਦੋਨੇ ਅੱਖਾਂ ਇਕੱਠੀਆਂ ਹੋ ਜਾਂਦੀਆਂ ਨੇ ਇੱਥੋਂ ਨੱਕ ਦੀ ਨੋਕ ਤੋਂ ਗਾਂ ਦੇਖੋ ਇੱਥੇ ਸੁੰਨ ਨੂੰ ਫਿਕਰ ਨਹੀਂ ਰਹਿੰਦੇ ਇਹਨੂੰ ਦੇਖਦੇ ਹੋਏ ਵਾਹ ਇੱਥੋਂ ਮਨ ਇੱਥੇ ਚਲਾ ਗਿਆ ਸਰੀਰ ਪਿੱਛੇ ਰਹਿ ਗਿਆ ਨੇਤਰਾਂ ਚੋਂ ਮਨ ਇੱਕ ਜੋਤ ਹੋ ਕੇ ਇੱਥੇ ਆ ਗਿਆ ਇੱਥੇ ਦੇਖ ਕੇ ਹੋਏ ਵਾਹ ਗੁਰੂ ਸਿਮਰਨ ਕਰਨਾ ਬਾਰ-ਬਾਰ ਬਾਰ-ਬਾਰ ਬਾਣੀ ਚ ਲਿਖਿਆ ਬਾਰਿੰਗ ਬਾਰ-ਬਾਰ ਪ੍ਰਭ ਜਪਿਏ ਪੀ ਅੰਮ੍ਰਿਤ ਮਨ ਤਨ ਤਰਬੀ ਸਿਮਰਨ ਕਰਦਿਆਂ ਕਰਦਿਆਂ ਜਦੋਂ ਤੁਹਾਡਾ ਪਿਆਰ ਪੈ ਗਿਆ ਇੱਕ ਸਮੇਂ ਦੇ ਆਣ ਕੇ ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋਏਗੀ ਸਿਮਰਨ ਕਰਦਿਆਂ ਕੀ ਹੋਏਗਾ ਜੀ ਅੱਖਾਂ 'ਚ ਨੀਂਦ ਉਤਰਿਆਏਗੀ ਜਦੋਂ ਅੱਖਾਂ 'ਚ ਨੀਂਦ ਸ਼ੁਰੂ ਹੋਈ ਸਮਝ ਲਓ ਤੁਹਾਡਾ ਮਨ ਆਹ ਲਾਗਾਏ ਨੂੰ ਛੱਡਣਾ ਸ਼ੁਰੂ ਕਰ ਦੇਗਾ ਆ ਸਰੀਰ ਨੂੰ ਛੱਡਣਾ ਭੁੱਲਣਾ ਸ਼ੁਰੂ ਕਰ ਦੇਗਾ ਐਂ ਹੁੰਦਾ ਨਾ ਇਸ ਨੌਜਾਨ ਨੇ ਭੁੱਲੀ ਜਾਂਦੇ ਆ ਨਾ ਸਾਰਾ ਅਸੀਂ ਸਿਮਰਨ ਕਰਕੇ ਖੁਦ ਹੌਲੀ ਹੌਲੀ ਛਡਾਉਣਾ ਹੈ ਮਨ ਤੋਂ ਸਰੀਰ ਨੂੰ ਹੌਲੀ 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 ਸਿਮੰਗ ਕਰਦੇ ਗਏ ਨੀਂਦ ਆਉਣੀ ਸ਼ੁਰੂ ਹੋਈ ਤੇ ਸੁਰਤ ਕੰਨਾਂ 'ਚ ਰੱਖਣੀ ਆ ਫੇਰ ਸਾਨੂੰ ਕੰਨਾਂ ਦੇ ਵਿੱਚ ਇੱਕ ਸਾਊਂਡ ਸੁਣਾਈ ਦੇਗੀ ਜਿਵੇਂ ਕਿਤੇ ਟਰਾਂਸਫਾਰਮਰ ਦੇ ਕੋਲੇ ਖੜੇ ਜੇ ਤਾਰਾਂ ਦੀ ਆਵਾਜ਼ ਆਉਂਦੀ ਹੈ ਹੈਨੇ ਕੋਈ ਵੀ ਸਾਊਂਡ ਹੈ ਟੈਪ ਆਵਾਜ਼ ਆਏਗੀ ਫੇਰ ਉਹਨੂੰ ਸੁਣਨਾ ਸ਼ੁਰੂ ਕਰ ਦੇਣਾ ਉਹ ਫੇਰ ਮਨ ਨੂੰ ਘਰੇ ਲੈ ਜਾਊਗੀ ਮਨ ਨੂੰ ਮਨ ਦੇ ਘਰੇ ਲੈ ਜਾਏਗੀ ਇਹ ਜਿਹੜਾ ਘਰ ਆ ਇਟਾ ਰੋੜਿਆਂ ਦਾ ਇਹ ਤੰਦ ਦਾ ਘਰ ਆ ਤੇ ਮਨ ਦਾ ਘਰ ਆ ਥਿਰ ਕਰ ਥੇਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਮਨ ਦਾ ਘਰ ਆ ਨਿਜ ਮਹਿਲ ਨਿਜ ਘਰ ਮਹਿਲ ਪਾਓ ਸੁਖ ਸਹਜੇ ਬੋਹਰ ਨ ਹੋਏ ਕੋ ਫੇਰਾ ਦਸਵਾਂ ਦੁਆਰ ਥੇਰ ਘਰ ਨਿਜ ਮਹਿਲ ਇੱਕੋ ਹੀ ਗੱਲ ਦਸਵਾਂ ਦੁਆਰ ਥੇਰ ਘਰ ਨਿਜ ਮਹਿਲ ਇੱਕੋ ਹੀ ਗੱਲ ਆਓ ਫਿਰ ਆਪਾਂ ਸਾਰੇ ਜਣੇ ਸਿਮਰਨ ਕਰੀਏ ਨੇਤਰ ਬੰਦ ਕਰ ਲਓ ਜੀ ਸਾਰੇ ਜਣੇ ਕਰੋ ਸ਼ੁਰੂ ਵਾ ਗੁਰੂ 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 ਵਾ

va, ru, va, va, ru, 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 va, ru,

Heu! Heu! Heu!

ਖੋਲਣੀਆਂ ਹੌਲੀ ਹੌਲੀ ਸ਼ੋਹ ਹੋ ਜਾਓ ਸਾਇਲੈਂਟ ਹੋ ਜਾਓ ਬੋਲਣਾ ਬੰਦ ਕਰ ਦਿਓ ਬਿਲਕੁਲ ਬੰਦ ਕਰ ਦਿਓ ਸਰੀਰ ਨਹੀਂ ਹਿਲਾਉਣਾ ਹੱਥ ਪੈਰ ਨਹੀਂ ਹਿਲਾਉਣੇ ਅੱਖਾਂ ਬੰਦ ਰੱਖੀਆਂ ਤੇ ਦੇਖੀ ਚੱਲੋ ਸਾਹਮਣੇ